ਗੁਰੂ ਤੋਂ ਬਿਨਾਂ ਗੁਰਮੁਖੋ ਘੋਰ ਅੰਧੇਰਾ ਹੀ ਹੈ। ਸਾਡੇ ਗੁਰੂ ਨੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਬੜੀ ਸੋਹਣੀ ਮਾਲਕ ਨੇ ਮਰਿਆਦਾ ਬਣਾਤੀ, ਸਵੇਰੇ ਉੱਠ ਕੇ ਇਸ਼ਨਾਨ ਕਰ, ਬਾਣੀ ਪੜ, ਜਪਜੀ ਸਾਹਿਬ ਪੜ੍ਹ ਸਕਦਾ, ਜਪਜੀ ਸਾਹਿਬ ਪੜ੍ਹ ਨਹੀਂ ਪੜ੍ਹ ਸਕਦਾ ਤੂੰ ਵਾਹਿਗੁਰੂ ਵਾਹਿਗੁਰੂ ਹੀ ਕਹਿ ਲੈ, ਫਿਰ ਜਲ ਪਾਣੀ ਛਕ, ਫਿਰ ਆਪਣੇ ਘਰੇਲੂ ਕੰਮ ਧੰਦੇ ਕਰ, ਦਿਨੇ ਵੀ ਜੋ ਕੰਮ ਹੈ ਤੇਰਾ ਕਰ, ਪਰ ਉਹਦੇ ਵਿੱਚ ਆਸ ਰੱਖਣੀ ਹੈ ਸੰਸਾਰ ਦਾ ਭਲਾ ਹੋ ਸਕੇ। ਬੇਈਮਾਨੀ ਹਰ ਵੇਲੇ ਨਹੀਂ ਸੋਚੀ ਜਾਣੀ, ਗੁਰਮੁਖ ਭਲੇ ਦੀ ਆਸ ਹੋਵੇ, ਸੱਚ ਬੋਲੋ ਪੂਰਾ ਤੋਲੋ, ਕਦੇ ਘਾਟਾ ਆ ਹੀ ਨਹੀਂ ਸਕਦਾ। ਸ਼ਾਮ ਨੂੰ ਵੀ ਸੌਣ ਤੋਂ ਪਹਿਲਾਂ ਵਾਹਿਗੁਰੂ ਦੇ ਚਰਨਾਂ 'ਚ ਨਿਤਨੇਮ ਕਰਕੇ ਅਰਦਾਸ ਕਰ, ਹੋਈਆਂ ਭੁੱਲਾਂ ਦੀ ਖਿਮਾ ਮੰਗ, ਕੀ ਪਤਾ ਤੇਰੀ ਆਖਰੀ ਰਾਤ ਹੋਵੇ, ਆਖੋ ਸਤਨਾਮ ਵਾਹਿਗੁਰੂ। ਅਰਦਾਸ ਜ਼ਰੂਰੀ ਹੈ ਗੁਰਮੁਖੋ, ਰਾਤ ਨੂੰ ਸੌਂ ਵੀ ਆਰਾਮ ਕਰ। ਕੋਈ ਘਰ ਛੱਡਣ ਨੂੰ ਨਹੀਂ ਕਿਹਾ, ਕੋਈ ਪਰਿਵਾਰ ਛੱਡਣ ਨੂੰ ਨਹੀਂ ਕਿਹਾ। ਕਈ ਧਰਮ ਐਸੇ ਨੇ ਜਿਵੇਂ ਬਾਬਾ ਸ੍ਰੀ ਚੰਦਰ ਜੀ ਹੋਏ, ਉਦਾਸੀ ਸਨ, ਉਹਨਾਂ ਦੀ ਮਰਜ਼ੀ ਸੀ ਵਿਆਹ ਨਹੀਂ ਕਰਵਾਇਆ, ਪਰ ਉਹਨਾਂ ਨੇ ਆਪਣੇ ਤੋਂ ਬਾਅਦ ਉਦਾਸੀ ਸੰਪਰਦਾ ਦੀ ਗੁਰਤਾ ਗੱਦੀ ਪਤਾ ਕਿਹਨੂੰ ਦਿੱਤੀ? ਬਾਬਾ ਗੁਰਦਿੱਤਾ ਜੀ। ਉਹ ਵਿਆਹੇ ਹੋਏ ਵੀ ਹੈ, ਬੱਚੇ ਵੀ ਨੇ। ਇੱਥੋਂ ਹੁਣ ਆਪਾਂ ਕੀ ਸਮਝਣਾ ਭਲਾ, ਵੀ ਧਰਮ ਵਿੱਚ ਕੋਈ ਬੰਦਿਸ਼ ਨਹੀਂ ਹੈ ਗੁਰੂ, ਇਹ ਤੁਹਾਡੀ ਮਰਜ਼ੀ ਹੈ। ਪਰ ਧਰਮ ਇਹ ਕਹਿੰਦਾ ਵੀ ਰਹਿ ਪਰਿਵਾਰ 'ਚ, ਰਹਿ ਬੱਚਿਆਂ 'ਚ, ਪਰ ਵਾਹਿਗੁਰੂ ਦਾ ਭਜਨ ਕਰਨਾ ਨਾ ਛੱਡੀ, ਆਖੋ ਸਤਨਾਮ ਵਾਹਿਗੁਰੂ। ਸੋ ਆਓ ਗੁਰੂ ਕਾ ਪਾਵਨ ਇਤਿਹਾਸ ਆਪਾਂ ਸਾਂਝਾ ਕਰੀਏ। ਅੱਜ ਲਹਿਰੇ ਮੁਹੱਬਤ ਨਗਰ ਦੇ ਗੁਰਦੁਆਰਾ ਸਾਹਿਬ ਸਤਿਗੁਰੂ ਹਰਿਰਾਏ ਸਾਹਿਬ ਜੀ ਦੇ ਇਸ ਸਥਾਨ 'ਤੇ ਆਪਾਂ ਜੁੜੇ ਹਾਂ। ਨਗਰ ਦੀ ਸੰਗਤ ਵੱਲੋਂ ਸਤਿਗੁਰੂ ਮਹਾਰਾਜ ਸੱਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦੀ ਯਾਦ ਵਿੱਚ ਬੜਾ ਸੁੰਦਰ ਦਰਬਾਰ ਸਾਹਿਬ ਬਣਾਇਆ ਹੈ, ਅਤੇ ਆਪਾਂ ਇਤਿਹਾਸ ਗੁਰੂ ਹਰਿਰਾਏ ਸਾਹਿਬ ਦਾ ਹੀ ਸਾਂਝਾ ਕਰਨਾ ਹੈ, ਕਿਉਂਕਿ ਇਸ ਇਤਿਹਾਸ ਵਿੱਚੋਂ ਸਾਨੂੰ ਜੀਵਨ ਜਿਉਣ ਦੀ ਜਾਂਚ ਮਿਲਦੀ ਹੈ। ਆਖੋ ਸਤਨਾਮ ਵਾਹਿਗੁਰੂ। ਇਹ ਇਤਿਹਾਸ ਸੁਣ ਕੇ ਆਪਣੇ ਆਪ ਨੂੰ ਸਮਝਾਉਣਾ ਕਿ ਗੁਰੂ ਘਰ ਦਾ ਅਸੂਲ ਕੀ ਹੈ, ਆਪਾਂ ਕਿਹੜੇ ਪਾਸੇ ਤੁਰਨਾ। ਖਿਆਲ ਕਰਨਾ, ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇੱਕ ਦਿਨ ਪਰਿਵਾਰ ਸਮੇਤ ਮਿਲਣ ਗਏ ਗੁਰਮੁਖੋ ਬਾਬਾ ਸ੍ਰੀ ਚੰਦਰ ਜੀ ਮਹਾਰਾਜ ਨੂੰ। ਜਦੋਂ ਮਿਲਣ ਗਏ ਤਾਂ ਬਾਬਾ ਸ੍ਰੀ ਚੰਦਰ ਜੀ ਮਹਾਰਾਜ ਨੇ ਪੁੱਛਿਆ ਕਿ ਤੁਹਾਡੇ ਕਿੰਨੇ ਬੱਚੇ ਨੇ? ਤਾਂ ਛੇਵੇਂ ਪਾਤਸ਼ਾਹ ਕਹਿੰਦੇ ਜੀ ਪੰਜ ਪੁੱਤ ਇੱਕ ਧੀ ਹੈ, ਧੀ ਬੀਬੀ ਵੀਰੋ, ਅਤੇ ਜਿਹੜੇ ਪੁੱਤਰ ਸਨ ਵੱਡੇ ਸਨ ਬਾਬਾ ਗੁਰਦਿੱਤਾ ਜੀ, ਸੂਰਜਮੱਲ ਜੀ, ਅਣੀ ਰਾਏ ਜੀ, ਬਾਬਾ ਅਟਲ ਜੀ ਅਤੇ ਗੁਰੂ ਤੇਗ ਬਹਾਦਰ ਮਹਾਰਾਜ। ਛੇਵੇਂ ਪਾਤਸ਼ਾਹ ਕਹਿੰਦੇ ਜੀ ਪੰਜ ਪੁੱਤ ਹੈ, ਤੁਹਾਡੀ ਕਿਰਪਾ ਨਾਲ ਇੱਕ ਧੀ ਹੈ। ਅਤੇ ਉਸ ਵੇਲੇ ਬਾਬਾ ਸ੍ਰੀ ਚੰਦਰ ਜੀ ਮਹਾਰਾਜ ਕਹਿੰਦੇ ਤੁਹਾਡਾ ਪਰਿਵਾਰ ਬਹੁਤ ਵੱਡਾ ਹੈ, ਸਾਨੂੰ ਕਿਹੜਾ ਦੇਣਾ ਚਾਹੁੰਦੇ ਹੋ? ਇੱਕ ਪੁੱਤ ਸਾਨੂੰ ਦੇ ਦਿਓ। ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇਖੋ ਸਤਿਕਾਰ ਇੱਕ ਦੂਜੇ ਦਾ, ਕਹਿੰਦੇ ਜੀ ਤੁਸੀਂ ਗੁਰੂ ਨਾਨਕ ਦੇ ਸੁਪੁੱਤਰ ਹੋ, ਤੁਹਾਡਾ ਬਚਨ ਅਸੀਂ ਮੋੜ ਸਕਦੇ ਹਾਂ ਕਿਤੇ? ਤੁਸੀਂ ਦੱਸੋ, ਜਿਹੜਾ ਤੁਹਾਨੂੰ ਪਸੰਦ ਹੈ ਸਿਰ 'ਤੇ ਹੱਥ ਧਰ ਦਿਓ, ਉਹੀ ਤੁਹਾਡਾ। ਅਤੇ ਬਾਬਾ ਸ੍ਰੀ ਚੰਦਰ ਜੀ ਮਹਾਰਾਜ ਉਹਨਾਂ ਨੇ ਬਾਬਾ ਗੁਰਦਿੱਤਾ ਜੀ ਦੇ ਸਿਰ 'ਤੇ ਹੱਥ ਧਰਤਾ, ਕਹਿੰਦੇ ਇਹਦੇ ਵਿੱਚੋਂ ਮੈਨੂੰ ਮੇਰੇ ਪਿਤਾ ਗੁਰੂ ਨਾਨਕ ਦੇ ਦਰਸ਼ਨ ਹੋ ਰਹੇ ਨੇ। ਛੇਵੇਂ ਪਾਤਸ਼ਾਹ ਕਹਿੰਦੇ ਮਹਾਂਪੁਰਸ਼ੋ ਅੱਜ ਤੋਂ ਬਾਬਾ ਗੁਰਦਿੱਤਾ ਤੁਹਾਡਾ, ਆਖੋ ਸਤਨਾਮ ਵਾਹਿਗੁਰੂ।
ਉਦੋਂ ਹੀ ਬਚਨ ਕਿਹਾ ਸੀ ਬਾਬਾ ਗੁਰ ਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਇਹ ਬਚਨ ਉਦੋਂ ਉਚਾਰੇ ਗੁਰੂ ਨੇ ਹੁਣ ਬਾਬਾ ਗੁਰਦਿੱਤਾ ਜੀ ਝੋਲੀ ਪਾ ਤੇ ਸ੍ਰੀ ਚੰਦਰ ਮਹਾਰਾਜ ਦੇ ਉਸ ਵੇਲੇ ਫਿਰ ਇਹਨਾਂ ਨੇ ਉਦਾਸੀ ਸੰਪਰਦਾ ਦੀ ਸੇਵਾ ਸੰਭਾਲੀ ਅੱਗੇ ਜਾ ਕੇ ਅਤੇ ਬਾਬਾ ਗੁਰਦਿੱਤਾ ਜੀ ਜਿਹੜੇ ਸਨ ਗੁਰਮੁਖ ਪਿਆਰਿਓ ਇਹਨਾਂ ਦੀ ਸ਼ਾਦੀ ਹੋਈ ਸੀ ਨਿਹਾਲ ਕੌਰ ਦੇ ਨਾਲ ਮਾਤਾ ਨਿਹਾਲ ਕੌਰ ਜੀ ਅਤੇ ਮਾਤਾ ਨਿਹਾਲ ਕੌਰ ਦੀ ਕੁੱਖੋਂ ਦੋ ਬੱਚਿਆਂ ਦਾ ਜਨਮ ਹੋਇਆ ਇੱਕ ਸਨ ਸ਼੍ਰੀ ਧੀਰ ਮੱਲ ਜੀ ਅਤੇ ਦੂਜੇ ਨੇ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਹੁਣ ਜ਼ਿਕਰ ਕਰਨਾ ਇੱਕ ਦਿਨ ਮਾਤਾ ਨਿਹਾਲ ਕੌਰ ਧੀਰ ਮੱਲ ਨੂੰ ਗੁਰਮੁਖੋ ਗੋਦੀ 'ਚ ਲੈ ਕੇ ਨਾ ਲਾੜ ਲੜਾਈ ਜਾਂਦੇ ਨੇ ਅਤੇ ਛੇਵੇਂ ਪਾਤਸ਼ਾਹ ਨੇ ਚੱਕਣਾ ਚਾਹਿਆ ਧੀਰ ਮੱਲ ਗੁਰੂ ਜੀ ਦੀ ਗੋਦ ਚੜ੍ਹਨ ਦੀ ਬਜਾਏ ਮਾਤਾ ਨੂੰ ਹੀ ਚਿੰਬੜ ਗਿਆ ਭਾਵ ਗੁਰੂ ਵੱਲ ਮੁੱਖ ਨਹੀਂ ਕੀਤਾ ਅਤੇ ਛੇਵੇਂ ਪਾਤਸ਼ਾਹ ਦੇ ਮੁੱਖੋਂ ਸਹਿਜ ਸੁਭਾਅ ਬਚਨ ਨਿਕਲ ਗਿਆ ਕਹਿੰਦੇ ਧੀਏ ਨੂੰਹ ਲੱਗਦੀ ਸੀ ਨਾ ਨਿਹਾਲ ਕੌਰ ਬਾਬੇ ਗੁਰਦਿੱਤੇ ਦੇ ਘਰ ਵਾਲੀ ਨੂੰਹ ਹੋਈ ਕਿ ਧੀ ਹੋਈ ਛੇਵੇਂ ਪਾਤਸ਼ਾਹ ਕਹਿੰਦੇ ਧੀਏ ਇਹ ਤਾਂ ਮੈਨੂੰ ਐਂ ਲੱਗਦਾ ਵੀ ਆਪਣੇ ਘਰ 'ਚ ਪਿਰਥੀ ਚੰਦ ਹੀ ਆ ਗਿਆ ਦੁਬਾਰੇ ਆਖੋ ਸਤਨਾਮ ਵਾਹਿਗੁਰੂ ਸਹਿਜ ਸੁਭਾਅ ਬਚਨ ਇਹ ਜਾਂ ਨਿਕਲਿਆ ਧੀਰ ਮੱਲ ਗੁਰਮੁਖੋ ਸਾਰੀ ਉਮਰ ਗੁਰੂ ਘਰ ਦਾ ਨਹੀਂ ਬਣਿਆ ਆਖੋ ਸਤਨਾਮ ਵਾਹਿਗੁਰੂ ਚਲੋ ਜੀ ਮਾਤਾ ਜੀ ਚੁੱਪ ਕਰ ਗਏ ਅਤੇ ਜਿਹੜੇ ਧੀਰ ਮੱਲ ਤੋਂ ਬਾਅਦ ਫਿਰ ਬਚਨ ਹਰ ਰਾਏ ਸਾਹਿਬ ਜੀ ਬਾਰੇ ਹੁੰਦਾ ਹੈ ਹਰ ਰਾਏ ਸਾਹਿਬ ਜੀ ਬਚਪਨ ਵਿੱਚ ਹੀ ਛੇਵੇਂ ਪਾਤਸ਼ਾਹ ਨੂੰ ਬੜਾ ਮੋਹ ਕਰਦੇ ਸੀ ਕਿੰਨਾ ਕਿੰਨਾ ਸਮਾਂ ਚੌਕੜਾ ਲਾ ਕੇ ਬੈਠੇ ਰਹਿਣਾ ਪਰਮਾਤਮਾ ਦਾ ਭਜਨ ਕਰਨਾ ਅਤੇ ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਗੁਰੂ ਹਰ ਰਾਏ ਸਾਹਿਬ ਜੀ ਨਾ ਬਚਪਨ ਦੀ ਉਮਰ ਸੀ ਬਗੀਚੇ ਵਿੱਚ ਟਹਿਲਦੇ ਫਿਰਦੇ ਹੈ ਇਹ ਖਿਆਲ ਰੱਖਿਓ ਕੀਰਤਪੁਰ ਸਾਹਿਬ ਜਦੋਂ ਕਿਤੇ ਜਾਓ ਨਾ ਬਹੁਤ ਵੱਡਾ ਸਥਾਨ ਬਣਿਆ ਕਿਉਂਕਿ ਗੁਰੂ ਹਰ ਰਾਏ ਸਾਹਿਬ ਜੀ ਦਾ ਜਿਹੜਾ ਜਨਮ ਹੈ ਇਹ ਵੀ ਗੁਰਮੁਖੋ ਕੀਰਤਪੁਰ ਸਾਹਿਬ ਹੀ ਹੋਇਆ 1630 ਦੇ ਵਿੱਚ ਹਰ ਰਾਏ ਸਾਹਿਬ ਜੀ ਦਾ ਜਨਮ ਹੋਇਆ ਸੀ 20 ਅਕਤੂਬਰ 1661 ਨੂੰ ਇਹਨਾਂ ਨੇ ਸਰੀਰ ਛੱਡਿਆ ਸੀ 31 ਸਾਲ ਦੀ ਉਮਰ ਭੋਗੀ ਹੈ ਗੁਰੂ ਹਰ ਰਾਏ ਸਾਹਿਬ ਜੀ ਨੇ ਅਤੇ ਜਦ ਬਚਪਨ ਤੋਂ ਹੀ ਸੁਰਤੀ ਬਿਰਤੀ ਧਾਰਮਿਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨੇੜੇ ਨੇੜੇ ਰਹਿਣਾ ਇੱਕ ਦਿਨ ਬਾਗ ਵਿੱਚ ਟਹਿਲਦੇ ਫਿਰਦੇ ਹੈ ਤਾਂ ਬਗੀਚੀ ਵਿੱਚ ਟਹਿਲਦਿਆਂ ਹੋਇਆਂ ਗੁਰਮੁਖੋ ਚੋਲਾ ਵੱਜ ਕੇ ਨਾ ਫੁੱਲ ਟੁੱਟ ਗਿਆ ਇੱਕ ਫੁੱਲ ਉੱਥੇ ਹੀ ਬਹਿ ਗਏ ਛੇਵੇਂ ਪਾਤਸ਼ਾਹ ਕਹਿੰਦੇ ਬੇਟਾ ਆ ਜਾ ਅੱਗੇ ਤੁਰਿਆ ਬੈਠ ਕਾਹਤੋਂ ਗਏ ਤੁਸੀਂ ਤਾਂ ਉਸ ਵੇਲੇ ਹਰ ਰਾਏ ਸਾਹਿਬ ਜੀ ਕਹਿੰਦੇ ਪਿਤਾ ਜੀ ਦਾਦਾ ਜੀ ਲੱਗਦੇ ਸੀ ਊਂ ਤਾਂ ਪਰ ਗੁਰੂ ਪਿਤਾ ਕਹਿ ਕੇ ਬੁਲਾਉਂਦੇ ਹੁੰਦੇ ਕਹਿੰਦੇ ਗੁਰੂ ਪਿਤਾ ਜੀ ਮੈਨੂੰ ਬਹੁਤ ਦੁੱਖ ਲੱਗਿਆ ਇੱਕਦਮ ਚਿਹਰਾ ਮੁਰਝਾ ਗਿਆ ਛੇਵੇਂ ਪਾਤਸ਼ਾਹ ਕਹਿੰਦੇ ਦੁੱਖ ਕਾਹਦਾ ਕਹਿੰਦਾ ਜੀ ਆਹ ਦੇਖੋ ਫੁੱਲ ਟਾਹਣੀ ਨਾਲ ਜੁੜਿਆ ਸੀ ਮਹਿਕ ਵੰਡਦਾ ਸੀ ਪਰ ਮੇਰਾ ਚੋਲਾ ਵੱਜਣ ਕਰਕੇ ਫੁੱਲ ਟੁੱਟ ਗਿਆ ਆਖੋ ਸਤਨਾਮ ਵਾਹਿਗੁਰੂ ਪੱਤੀ ਪੱਤੀ ਹੋ ਕੇ ਖਿਲਰ ਗਿਆ ਇਹ ਮੁਰਝਾ ਗਿਆ ਫੁੱਲ ਘੱਟ ਮੁਰਝਾਇਆ ਮੈਨੂੰ ਵੱਧ ਦੁੱਖ ਹੈ ਕਹਿੰਦਾ ਕਿਉਂਕਿ ਹਰ ਰਾਏ ਸਾਹਿਬ ਜੀ ਲੰਬਾ ਖੁੱਲ੍ਹਾ ਚੋਲਾ ਪਾਉਂਦੇ ਹੁੰਦੇ ਸੀ ਕਹਿੰਦੇ ਜੀ ਇਸੇ ਗੱਲ ਦਾ ਦੁੱਖ ਹੈ ਛੇਵੇਂ ਪਾਤਸ਼ਾਹ ਕਹਿੰਦੇ ਪੁੱਤਰਾ ਫਿਰ ਰੁਕ ਕੇ ਤਾਂ ਸਰਨਾ ਨਹੀਂ ਤੁਰ ਅੱਗੇ
पर अगे तो ख्याल रखना है दामन संकोच के चलना है। आखो सतनाम श्री वाहिगुरु। भाव रुकना नहीं है, तुरे तो चलो, पर जे जिंदगी च कोई भुल होगी ना भाई, अगे तो ख्याल रखना भी फेर ना होवे। आखो सतनाम श्री वाहिगुरु। हुण भी जे किते जाओ ना, उन्हूं नौ लखा बाग कहिंदे आ, जिथे दा जिक्र कर रहे हैं ना, बगीची हुंदी सी पहला बहुत सोहनी, फिर गुरु हर राय साहब जी ने बहुत रुख लाए, बहुत वड्डा बाग है, उन्हूं नौ लखा बाग आख्या जांदा, बड़ा सुंदर सोहना सुहावना। हुण भी छेवें पातशाह कहिंदे दामन संकोच के चलना है, ते नाल महाराज समझ गए कि जिन्हों बचपन के समय एक फुल टुटे का इन्ना दुख है, वह किसी का दिल नहीं तोड़ सकता। आखो सतनाम वाहिगुरु। प्यारे हो महाराज बड़ा लाड लड़ाउंदे, समा चलता गया, गुरु हरगोबिंद साहब महाराज ने धर्म युद्धां दे विच हर राय साहब जी नूं नाल रखे है। ये भी इतिहास में दसिया है, कहिंदे छेवें पातशाह की जिहड़ी फौज सी ना, फौज दे कमांडर बनाता एक बारी हर राय साहब जी ने, फौज की देखभाल करनी सिखाई, घोड़सवारी सिखाई, शस्त्र चलाउणे सिखाए, नाले समझाया सी पुत्रा गुरता गद्दी की जिम्मेवारी मिलनी है थानू, फौजां भी रखनियां है, पर फौजां किसे नूं डराउण वास्ते नहीं रखनियां, दिखावे वास्ते नहीं हथियार रखने, ये रखने हैं अपने बचाव वास्ते। आखो सतनाम श्री वाहिगुरु। लड़ाइयां वास्ते हथियार नहीं रखे सी गुरमुखो, चार जंग हालांकि छेवें पातशाह ने किते, पर किसे ते भी आप चढ़ाई करके नहीं सी गए, ते जे कोई घरे बैठिया नूं मारनी आ जाए फिर अपना बचा तो करना ही है ना। यही विचार सतगुरु हरगोबिंद साहब जी ने हर राय साहब जी नूं समझाई, बेटा फौज रखो, शस्त्र रखो, सिखो चलाउणे, पर ना तो इन्हों का विखावा करना है, ना किसी ते चढ़ाई करनी है, साडा वचन है तुसी जंग युद्ध नहीं करने। ते हर राय साहब जी कहिंदे गुरु पिता जी जे मजबूरी बन गई, छेवें पातशाह कहिंदे थानू जंग करन दी लोड़ नहीं, महाराज आपे थोड़ी लज्जा रखणगे। आखो सतनाम श्री वाहिगुरु। सारियां विचारां समझा के छेवें पातशाह ने अपने शरीर छड्डण तों, ज्ञानी ज्ञान सिंह जी लिखते ने कहिंदे दो साल पहले ही गुरता गद्दी देती सी हर राय साहब जी नूं, छेवें पातशाह ने शरीर छड्डण तों दो साल पहले ही गुरता गद्दी देती। बाबा गुरदित्ता जी वड्डे सन, वह बाबा श्री चंद्र जी की झोली पाते सी, फिर उदों बाद हक गुरु हर राय साहब जी नूं ही मिलिया, गुरु गुरता गद्दी दे मालक बन गए, ते सिख संगतां नूं उपदेश कीता है, कहिंदे भाई वध तों वध सत्कार गुरबाणी दा करना है। एक वारी ना कहिंदे संगत आई बाहरों, वह शब्द पढ़दे आउण नाले वाहिगुरु वाहिगुरु दा जाप करन, ते गुरु हर राय साहब पलंग दे उत्ते पए ने आराम करदे सी, जदों कन्नां विच पै गई गुरबाणी दे शब्द, बड़ी तेजी नाल भज के उठे, कहिंदे गोडे ते चोट लग गई सी। सिख सेवक पुछदे है कि महाराज इन्नी काहदी तेजी ती, तुसीं गोडे ते सट खा ली। गुरु हर राय साहब पता की कहिंदे, कहिंदे जदों कन्नां विच पै जे गुरु दी बाणी, उदों सिख नूं पलंग ते पैणा नहीं चाहीदा, उठ के सत्कार करीदा। आखो सतनाम श्री वाहिगुरु। ये तां शब्द पढ़दी भी आई है, गुरु की संगत
ਤੇ ਸੰਗਤ ਵਿੱਚ ਗੁਰੂ ਨਾਨਕ ਦਾ ਵਸ ਹੈ। ਆਪਣੇ ਵਾਲਾ ਕੰਮ ਨਹੀਂ ਸੀ। ਅੰਮ੍ਰਿਤ ਵੇਲੇ ਗ੍ਰੰਥੀ ਸਿੰਘ 4 ਵਜੇ ਸਪੀਕਰ ਲਾਉਣਗੇ, ਬਾਣੀ ਪੜ੍ਹਦੇ ਆ, ਉੱਠੋ ਭਾਈ ਅੰਮ੍ਰਿਤ ਵੇਲਾ ਹੋ ਗਿਆ। ਕਈ ਮੇਰੇ ਵਰਗੇ ਘਰ ਵਾਲੀ ਨੂੰ ਕਹਿਣਗੇ ਤਾਕੀ ਬੰਦ ਕਰ ਦੇ, ਬਾਬੇ ਤਾਂ ਵਿਹਲੇ ਹੀ ਹੈ। ਤਾਂ ਹੀ ਗੁਰਮੁਖੋ ਸਾਡੀ ਕਦਰ ਨਹੀਂ ਰਹੀ। ਆਖੋ ਸਤਨਾਮ ਵਾਹਿਗੁਰੂ। ਹਰ ਸਿੱਖ ਦਾ ਫਰਜ਼ ਬਣਦਾ ਹੈ ਪਹਿਰ ਰਾਤ ਰਹਿੰਦੀ ਜਾਗਣਾ, ਭਾਵ ਸਵੇਰੇ ਦੇ 3 ਤੋਂ 6 ਵਜੇ ਦੇ ਵਿੱਚ ਵਿੱਚ ਜਾਗਣਾ ਹੈ। ਕੋਸ਼ਿਸ਼ ਕਰੋ 3:30-4 ਵਜੇ ਉੱਠੋ, ਉੱਠ ਕੇ ਇਸ਼ਨਾਨ ਕਰੋ। ਜਿਹੜਾ ਬੰਦਾ ਆਮ ਆਪਾਂ ਕਹਿੰਦੇ ਹਾਂ ਵੀ ਤੜਕੇ ਉੱਠੋ, ਤੜਕਾ ਅੰਮ੍ਰਿਤ ਵੇਲਾ ਜੇ ਜ਼ਿੰਦਗੀ 'ਚ ਜੋੜ ਲਓਗੇ ਜ਼ਿੰਦਗੀ ਦਾ ਰਸ ਹੀ ਹੋਰ ਬਣ ਜੂ। ਜੇ ਹੁਣ ਉੱਠੇ ਹੀ 8 ਵਜੇ, ਇੱਕ ਬੰਦਾ 4 ਵਜੇ ਦਾ ਉੱਠਿਆ, ਕਿਵੇਂ ਉਹਦਾ ਮੁਕਾਬਲਾ ਕਰ ਲਾਂਗੇ? ਗੁਰਮੁਖਾ ਯਾਤਰਾ ਹੀ ਜਾਣਾ ਹੋਵੇ, ਹੁਣ 5-4 ਬੰਦੇ ਤਾਂ 4 ਵਜੇ ਉੱਠ ਕੇ ਤੁਰ ਪਏ, ਚਾਹੇ ਪੈਦਲ ਜਾਣ ਚਾਹੇ ਗੱਡੀ 'ਤੇ ਜਾਣ। ਅਤੇ ਜੇ ਤੂੰ ਕਹੇ ਵੀ ਮੈਂ 8 ਵਜੇ ਉੱਠ ਕੇ ਤੁਰਾਂ ਉਹਨਾਂ ਦੇ ਨਾਲ ਰਲ ਜਾਂ, ਐਂ ਨਹੀਂ ਗੱਲ ਬਣਨੀ ਭਾਈ। ਤੜਕਾ ਤਾਂ ਦਾਲ ਸਬਜ਼ੀ ਨੂੰ ਲੱਗਿਆ ਹੋਵੇ, ਪ੍ਰਸ਼ਾਦੇ 2 ਵੱਧ ਹੀ ਛਕ ਜਾਂਦੇ ਹਾਂ। ਅਤੇ ਜਿਨ੍ਹਾਂ ਨੇ ਸਵੇਰ ਅੰਮ੍ਰਿਤ ਵੇਲਾ ਤੜਕਾ ਜ਼ਿੰਦਗੀ ਨੂੰ ਲਾ ਲਿਆ, ਉਹਨਾਂ ਦੀ ਜ਼ਿੰਦਗੀ ਵੀ ਰਸ ਨਾਲ ਭਰ ਜਾਂਦੀ ਹੈ। ਆਖੋ ਸਤਨਾਮ ਵਾਹਿਗੁਰੂ। ਅੰਮ੍ਰਿਤ ਵੇਲੇ ਉੱਠਣ ਦੀ ਆਦਤ ਪਾਓ, ਬੱਚਿਆਂ ਨੂੰ ਉਠਾਓ। ਜਿਹੜਾ ਸਵੇਰ ਵੇਲੇ ਦਾ ਸਮਾਂ ਨਾ ਭਾਈ, ਉਦੋਂ ਭਜਨ ਕਰ ਲਓ। ਜੇ ਸਕੂਲ 'ਚ ਪੜ੍ਹਦਾ ਤਾਂ ਪੜ੍ਹਾਈ ਕਰ ਲਾ ਆਪਣੀ, ਸਵੇਰੇ ਦੇ 10 ਮਿੰਟ ਦਿਨੇ ਚਾਹੇ ਘੰਟਾ ਪੜ੍ਹ ਲਈ, ਸਵੇਰ ਵਾਲਿਆਂ ਦਾ ਫਾਇਦਾ ਵੱਖਰਾ ਹੀ ਹੋਣਾ ਗੁਰਮੁਖ। ਹੁਣ ਹਰਿਰਾਏ ਸਾਹਿਬ ਮਹਾਰਾਜ ਸਤਿਗੁਰੂ ਜੀ ਕਹਿੰਦੇ ਭਾਈ, ਹਰ ਸਿੱਖ ਨੂੰ ਚਾਹੀਦਾ ਬਾਣੀ ਦਾ ਸਤਿਕਾਰ ਕਰੇ। ਅਤੇ ਨਾਲੇ ਬਚਨ ਕੀਤਾ, ਕਹਿੰਦੇ ਜਾਪੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਾ ਹੈ ਹਮਾਰਾ। ਜਿਹੜਾ ਕਹਿੰਦੇ ਸਿੱਖ ਬਾਣੀ ਦਾ ਸਤਿਕਾਰ ਨਹੀਂ ਕਰਦਾ, ਉਹ ਸਾਡਾ ਸਿੱਖ ਨਹੀਂ ਹੋ ਸਕਦਾ। ਆਖੋ ਸਤਨਾਮ ਵਾਹਿਗੁਰੂ। ਲਓ ਪਾੜੀ ਲਇਓ ਧਾਰਨਾ, ਕਰੀਏ ਬਾਣੀ ਦਾ ਸਤਿਕਾਰ, ਬਾਣੀ ਰੂਪ ਗੁਰੂਆਂ ਦਾ। ਕਰੀਏ ਬਾਣੀ ਦਾ ਸਤਿਕਾਰ, ਬਾਣੀ ਰੂਪ ਗੁਰੂਆਂ ਦਾ। ਬਾਣੀ ਦਾ ਸਤਿਕਾਰ, ਬਾਣੀ ਰੂਪ ਗੁਰੂਆਂ ਦਾ। ਕਰੀਏ 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 ਬਾਣੀ ਦਾ ਸਤਿਕਾਰ, ਬਾਣੀ ਰੂਪ ਗੁਰੂਆਂ ਦਾ। ਬਾਣੀ ਦਾ ਸਤਿਕਾਰ, ਬਾਣੀ ਰੂਪ ਗੁਰੂਆਂ ਦਾ। ਕਰੀਏ ਬਾਣੀ ਦਾ ਸਤਿਕਾਰ, ਬਾਣੀ ਰੂਪ ਗੁਰੂਆਂ ਦਾ। ਕਹਿੰਦੇ ਬਾਣੀ ਦਾ ਸਤਿਕਾਰ ਕਰੀਏ ਕਿਉਂਕਿ ਬਾਣੀ ਗੁਰੂਆਂ ਦਾ ਰੂਪ ਹੈ। ਇਹ ਪੱਕਾ ਫੈਸਲਾ ਸੀ ਸਤਿਗੁਰੂ ਹਰਿਰਾਏ ਸਾਹਿਬ ਜੀ ਦਾ। ਅਤੇ ਕਈ ਵਾਰੀ ਸਿੱਖਾਂ ਨੇ ਪੁੱਛਣਾ, ਮਹਾਰਾਜ ਬਾਣੀ ਤਾਂ ਪੜ੍ਹੀ ਦੀ ਹੈ ਪਰ ਸਮਝ ਨਹੀਂ ਆਉਂਦੀ। ਇੱਕ ਵਾਰੀ ਸੰਗਤ ਨੇ ਸਵਾਲ ਕੀਤਾ ਸੀ, ਮਹਾਰਾਜ ਬੈਠੇ ਵਿਚਾਰਾਂ ਕਰੀ ਜਾਣ, ਅਤੇ 2-4 ਸਿੱਖ ਕਹਿੰਦੇ ਜੀ ਬਾਣੀ ਪੜ੍ਹਦੇ ਤਾਂ ਜ਼ਰੂਰ ਹਾਂ ਪਰ ਸਾਡੇ ਪੱਲੇ ਨਹੀਂ ਪੈਂਦਾ, ਸਮਝ ਨਹੀਂ ਆਉਂਦੀ ਕੁਛ। ਮਹਾਰਾਜ ਚੁੱਪ ਕਰ ਗਏ, ਕੁਛ ਨਾ ਬੋਲੇ। ਬੈਠੇ ਬੈਠੇ ਸੰਗਤ ਨਾਲ ਬਚਨ ਕਰਦੇ ਕਰਦੇ ਜਲ ਪਾਣੀ ਛੱਕ ਕੇ ਸੈਰ ਕਰਨ ਤੁਰ ਪਏ ਗੁਰੂ। ਦੁਪਹਿਰ ਦਾ ਸਮਾਂ, ਧੁੱਪ ਵੀ ਬੜੀ ਤਕੜੀ ਨਿਕਲੀ, ਅਤੇ ਰਸਤੇ ਵਿੱਚ ਜਾਂਦਿਆਂ ਹੋਇਆਂ ਕਹਿੰਦੇ ਠੀਕਰੀਆਂ ਪਈਆਂ ਨੇ, ਠੀਕਰੀਆਂ, ਕਰੜੀ ਧੁੱਪ, ਅਤੇ ਠੀਕਰੀਆਂ ਦੇ ਵਿੱਚੋਂ ਗੁਰਮੁਖੋ
ਠੰਡਾ ਸਿੰਮੀ ਜਾਂਦਾ ਹੈ। ਸਤਿਗੁਰ ਹਰਿਰਾਏ ਸਾਹਿਬ ਕਹਿੰਦੇ ਆ ਦੇਖੋ ਭਾਈ, ਹੈ ਤਾਂ ਠੀਕ ਰਹੀਆਂ ਪਰ ਜਿਹੜਾ ਮਿੱਟੀ ਰੇਤਾ ਉੱਤੇ ਲੱਗਿਆ ਉਹ ਵੀ ਠੰਡਾ ਹੋਇਆ ਪਿਆ, ਇਹ ਠੰਡੀਆਂ ਕਿਉਂ ਨੇ? ਕੋਈ ਸਿੱਖ ਕਹਿੰਦਾ ਮਹਾਰਾਜ ਹੈ ਤਾਂ ਇਹ ਘੜਾ ਫੁੱਟਿਆ ਹੋਇਆ, ਰਿੜਕਣਾ ਲੱਗਦਾ, ਐਂ ਲੱਗਦਾ ਵੀ ਇਹ 'ਚ ਘਿਓ ਜਾਂ ਮੱਖਣੀ ਰੱਖੀ ਹੋ ਕਿਸੇ ਨੇ, ਹੁਣ ਧੁੱਪ ਨਾਲ ਬਾਹਰ ਆ ਰਹੀ ਹੈ, ਸਿੰਮਦੀ ਹੈ। ਗੁਰੂ ਹਰਿਰਾਏ ਸਾਹਿਬ ਕਹਿੰਦੇ ਜਿਹੜਾ ਸਵੇਰੇ ਸਵਾਲ ਕੀਤਾ ਸੀ ਉਹਦਾ ਇਹ ਜਵਾਬ ਹੈ, ਆਖੋ ਸਤਨਾਮ। ਵਾਹਿਗੁਰੂ। ਕਈ ਫਿਰ ਮੇਰੇ ਵਰਗਿਆਂ ਨੂੰ ਸਮਝ ਨਾ ਆਈ, ਕਹਿੰਦੇ ਜੀ ਕਿਵੇਂ? ਗੁਰੂ ਹਰਿਰਾਏ ਸਾਹਿਬ ਕਹਿੰਦੇ ਦੇਖੋ ਇਹ ਜਿਹੜਾ ਘੜਾ ਹੈ ਨਾ, ਠੀਕਰੀਆਂ ਜਿਹਦੀਆਂ, ਕਿਸੇ ਸਮੇਂ ਇਹਦੇ 'ਚ ਘਿਓ ਜਾਂ ਮੱਖਣੀ ਰੱਖੀ ਹੁੰਦੀ ਹੋਏਗੀ, ਚਾਹੇ ਫੁੱਟ ਗਿਆ ਟੁੱਟ ਗਿਆ ਪਰ ਜਦੋਂ ਹੀ ਧੁੱਪ ਲੱਗਦੀ ਹੈ ਇਹਦੇ ਵਿੱਚੋਂ ਠੰਡਾ ਸਿੰਮਦਾ ਹੈ। ਇਸੇ ਤਰ੍ਹਾਂ ਗੁਰਬਾਣੀ ਹੈ, ਸਮਝ ਆਵੇ ਚਾਹੇ ਨਾ ਆਵੇ ਪੜ੍ਹਦੇ ਹੀ ਰਹਿਣਾ ਚਾਹੀਦਾ, ਉਹ ਸਾਡੇ ਰੋਮ ਰੋਮ ਵਿੱਚ ਵਸ ਜੂਗੀ, ਦੁੱਖ ਸੁੱਖ ਵੇਲੇ ਕਿਤੇ ਨਾ ਕਿਤੇ ਤਾਂ ਮੁੱਖੋਂ ਵਾਹਿਗੁਰੂ ਨਿਕਲੂ ਗਈ, ਆਖੋ ਸਤਨਾਮ। ਵਾਹਿਗੁਰੂ। ਹੁਣ ਭਾਵੇਂ ਕੋਈ ਅਨਪੜ੍ਹ ਹੋਵੇ ਸੁਣਦਾ ਹੀ ਰਹੇ, ਦੁੱਖ ਸੁੱਖ ਵੇਲੇ ਕੋਈ ਨਾ ਕੋਈ ਪੰਗਤੀ ਤਾਂ ਉਹਦੇ ਯਾਦ ਆ ਹੀ ਜਾਂਦੀ ਹੈ। ਮਹਾਰਾਜ ਕਹਿੰਦੇ ਬਾਣੀ ਪੜ੍ਹੋ ਜ਼ਰੂਰ, ਸਮਝ ਆਵੇ ਚਾਹੇ ਨਾ ਆਵੇ, ਬਸ ਤੁਹਾਡੇ ਅੰਦਰ ਉਹਦਾ ਰਸ ਜ਼ਰੂਰ ਹੋਣਾ ਗੁਰੂ। ਇਸ ਤਰ੍ਹਾਂ ਸੰਗਤਾਂ ਨੂੰ ਸਮਝਾਇਆ ਅਤੇ ਗੁਰੂ ਹਰਿਰਾਏ ਸਾਹਿਬ ਜੀ ਨੇ 2200 ਘੋੜ ਸਵਾਰ ਰੱਖਣਾ ਗੁਰੂ, 2200 ਘੋੜ ਸਵਾਰ ਰੱਖਣਾ, ਫੌਜ ਰੱਖੀ, ਨਗਾਰਾ ਵਜਾਉਂਦੇ, ਆਪ ਵੀ ਘੋੜੇ 'ਤੇ ਚੜ੍ਹਦੇ, ਫੌਜ ਲੈ ਕੇ ਸੈਰ ਕਰਨ ਜਾਂਦੇ ਗੁਰਮੁਖੋ ਪਹਾੜੀ ਇਲਾਕਿਆਂ ਦੇ ਵਿੱਚ ਨਾ ਕੀਰਤਪੁਰ ਸਾਹਿਬ ਗੇੜਾ ਦਿੰਦੇ। ਉਹਦਾ ਕਾਰਨ ਕੀ ਸੀ? ਜਿਹੜੇ ਪਹਾੜਾਂ ਵਿੱਚ ਰਹਿਣ ਵਾਲੇ ਲੋਕ ਸਨ ਜਾਂ ਗੁਰੂ ਕੀ ਸੰਗਤ ਸੀ ਉਹ ਜਾਗਰਤ ਰਹਿਣ ਕਿ ਇੱਥੇ ਸਤਿਗੁਰੂ ਫੌਜਾਂ ਲੈ ਕੇ ਹੈਗੇ, ਲੋੜ ਪੈਣ 'ਤੇ ਸਾਡੀ ਮਦਦ ਕਰਨਗੇ, ਆਖੋ ਸਤਨਾਮ। ਵਾਹਿਗੁਰੂ। ਇਹ ਡੋਲਣ ਨਾ ਅਡੋਲਤਾ ਬਣੀ ਰਹੇ ਅਤੇ ਗੁਰੂ ਹਰਿਰਾਏ ਸਾਹਿਬ ਜੀ ਨੇ ਵੱਡੀ ਕਿਰਪਾ ਇਹ ਵੀ ਕੀਤੀ, ਜਿਹੜੇ ਜਿਹੜੇ ਸਿੱਖਾਂ ਨੇ ਛੇਵੇਂ ਪਾਤਸ਼ਾਹ ਦੀ ਜੰਗ ਯੁੱਧ ਵੇਲੇ ਮਦਦ ਕੀਤੀ ਸੀ ਉਹਨਾਂ ਨੂੰ ਫਿਰ ਸਤਿਗੁਰ ਨੇ ਬਖਸ਼ਿਸ਼ਾਂ ਕੀਤੀਆਂ, ਆਖੋ ਸਤਨਾਮ। ਵਾਹਿਗੁਰੂ। ਕਈ ਥਾਵਾਂ 'ਤੇ ਗਏ, ਆਹ ਜਿਹੜਾ ਆਪਣਾ ਇਲਾਕਾ ਹੈ ਨਾ, ਇਸ ਇਲਾਕੇ ਵਿੱਚ ਵੀ ਆਏ ਗੁਰਮੁਖ। ਆਹ ਹੁਣ ਤਾਂ ਦੇਖੋ ਕਿੰਨੇ ਪਿੰਡ ਵਸ ਗਏ, ਸ਼ਹਿਰ ਵਸ ਗਏ, ਕੋਲੇ ਆਪਣੇ ਰੰਪਰਾ ਫੂਲ ਕਿੱਡਾ ਵੱਡਾ ਸ਼ਹਿਰ ਵਸਿਆ। ਇੱਧਰ ਮਹਾਰਾਜ ਵੱਲ ਨਿਗਾਹ ਜਾਂਦੀ ਹੈ, ਪਹਿਲਾਂ ਇੱਥੇ ਕੱਖ ਨਹੀਂ ਸੀ ਹੁੰਦਾ ਗੁਰਮੁਖ, ਟਿੱਬੇ ਹੀ ਹੁੰਦੇ ਸੀ, ਮਾਰੂ ਥਲ ਹੁੰਦਾ ਸੀ, ਜੰਗਲ ਦਾ ਇਲਾਕਾ ਸੀ। ਛੇਵੇਂ ਪਾਤਸ਼ਾਹ ਨੇ ਇੱਥੇ ਗੁਰੂ ਸਰ ਮਹਾਰਾਜ ਦੇ ਸਥਾਨ 'ਤੇ ਯੁੱਧ ਵੀ ਲੜਿਆ। ਇੱਥੋਂ ਦੇ ਜਿਹੜੀਆਂ ਜਿਹੜੀਆਂ ਸੰਗਤਾਂ ਨੇ ਛੇਵੇਂ ਪਾਤਸ਼ਾਹ ਦੀ ਮਦਦ ਕੀਤੀ ਸੀ, ਜਿਵੇਂ ਬਾਬਾ ਮੋਹਨ ਹੋਣੀ, ਬਾਬੇ ਕਾਲੇ ਹੋਣੀ, ਆ ਜਿਹੜੇ ਸਿੱਧੂ ਪਰਿਵਾਰ ਤੁਸੀਂ ਬੈਠੇ ਹੋ ਨਾ, ਸਿੱਧੂਆਂ ਦੀ ਜੜ ਲਾਉਣ ਵਾਲੇ ਇੱਥੇ ਛੇਵੇਂ ਪਾਤਸ਼ਾਹ ਹੀ ਆ, ਆਖੋ ਸਤਨਾਮ। ਵਾਹਿਗੁਰੂ। ਆ ਮਹਾਰਾਜ ਨਗਰ ਦੇਖੋ ਵਸਿਆ, ਇਹਦੀ ਮੋਢੀ ਛੇਵੇਂ ਪਾਤਸ਼ਾਹ ਨੇ ਆਪ ਗੱਡੀ ਸੀ। ਹੁਣ ਗੁਰੂ ਹਰਿਰਾਏ ਸਾਹਿਬ ਇਸ ਇਲਾਕੇ 'ਚ ਆਏ, ਉਦੋਂ ਬਾਅਦ ਛੇਵੇਂ ਪਾਤਸ਼ਾਹ ਤੋਂ ਬਾਅਦ ਇੱਧਰ ਜਦੋਂ ਜਾਂਦੇ ਹਾਂ ਨਾ, ਜੰਡਾਂ ਵਾਲਾ ਪਿੰਡ ਹੈ, ਜੰਡਾਂ ਵਾਲੇ ਦੇ ਨਾਲ ਹੀ ਹਰਿਰਾਏਪੁਰ, ਇੱਥੇ ਗੁਰੂ ਹਰਿਰਾਏ ਸਾਹਿਬ ਆਏ ਸੀ ਅਤੇ ਬਾਬਾ ਕਾਲਾ ਜੀ ਮਹਾਰਾਜ ਤੋਂ ਚੱਲੇ। ਕਹਿੰਦੇ ਗੁਰੂ ਸਾਹਿਬ ਆਏ ਨੇ ਸੱਤਵੇਂ ਪਾਤਸ਼ਾਹ, ਉਹਨਾਂ ਦਾ ਸਤਿਕਾਰ ਕਰੀਏ ਚੱਲ ਕੇ। ਇਹ ਵੀ ਕਿਸੇ ਕਿਸੇ 'ਚ ਗੁਣ ਹੁੰਦਾ ਹੈ, ਗੁਰੂ ਸਾਹਿਬ ਆਉਣ, ਕੋਈ ਸੰਤ ਮਹਾਂਪੁਰਸ਼ ਆਵੇ, ਉਹਨਾਂ ਦਾ ਸਤਿਕਾਰ ਕਰਨਾ। ਹੁਣ ਬਾਬਾ ਕਾਲਾ ਜੀ ਜਦੋਂ ਗਏ ਨਾ, ਵਾਹਵਾ ਸਾਰਾ ਲੰਗਰ ਦਾ ਪ੍ਰਸ਼ਾਦਾ, ਲੰਗਰ ਦੇ ਵਾਸਤੇ ਰਸਤ ਬਸਤ ਮਾਇਆ ਬਸਤਰ ਲੈ ਕੇ, ਅਤੇ ਕਿਤੇ ਮਗਰ ਬਾਬੇ ਕਾਲੇ ਦੇ ਭਤੀਜੇ ਚਲੇ ਗਏ ਗੁਰੂ। ਇਹਨਾਂ ਦਾ ਨਾਂ ਸੀ ਫੂਲ ਅਤੇ ਸੰਦਲੀ ਗੁਰੂ। ਇਹਨਾਂ ਨੂੰ ਬਥੇਰਾ ਰੋਕਿਆ ਬਾਬੇ ਕਾਲੇ ਨੇ, ਕਿਉਂਕਿ ਪੈਦਲ ਜਾਂਦੇ ਹੁੰਦੇ,
भी मुड़ जाओ ये मुड़े ना। ते जदों जाके गुरु हर राय साहब जी के दर्शन किए, मत्था टेकया, भेटावां मूहरे रखतियां, प्रशादा लंगरां च पहुंचाता, ते दसिया बाबे काले ने कि छेवें पातशाह ने सानू जंग जिताया जैद पुराने तो, साडी जड़ लाई इत्थे, उजड़े होए इधर राजस्थान वालों आए सी, साडे छेवें पातशाह कृपा करके साडा इत्थे वसेबा करा के गए। जदों सारी गलबात दस रहे सी, गुरु हर राय साहब बड़े खुश, ते उस वेले जेड़े बाबे काले दे भतीजे सी फूल ते संदली, ये संगत विच बैठे बैठे उठ खड़े, गुरमुख बोले तो कुछ ना, बाबे काले वाल देख के ना ये ढिड ते हाथ मारन। ते गुरु हर राय साहब कहिंदे, बाबा काला जी ये बच्चे किहदे है? क्योंकि बाबा काला भी इशारा करता सी भी बह जो बचन चलता गुरु जी दे नाल, वो ढिड ते हाथ मारन। सतवें पातशाह कहिंदे, बाबा जी बच्चे किहदे ने? ते बाबा काला जी कहिंदे, महाराज ये मेरे ही भतीजे ने, जंगा युद्धां दे उजाड़े होए असी आए सी, बीदोवाल भी युद्ध होया, इत्थे महाराज भी बहुत वड्डा युद्ध होया, बंदे साडे मारे गए माइयां घरां च, ते अज जदों मैं थोड़े दर्शन करन आया, ये मंगर आ गए, मेरे भतीजे ने, मेरे भरा दे बच्चे ने। हालात गुरमुखो इहे जे सी, कहिंदे इक दे तां कल्ली नीकर पाई, दूजा नंगा ही भज गया सी मंगर। हुण तां छोटे छोटे बच्चे सियाणे हो गए, अगे कौन सोचदा सी गुरमुख, एक दे तां कल्ली नीकर पाई, एक नंगा ही। ते गुरु हर राय साहब जी नूं बाबा काला कहिंदा, महाराज इहने मेरे भतीजे भरा मेरा मारिया गया, ये बच्चे अनाथ ने। ते गुरु हर राय साहब ने पहला बचन पता की कीता है, कहिंदे कौन कहिंदा ये अनाथ ने? वह गुरु घर के सेवकां दे बच्चे कदे अनाथ नहीं होया करदे, आखो सतनाम। वाहिगुरु। हुणे कहिंदे की ने? बाबा काला कहिंदा, महाराज भुखे ने, मैं बथेरा रोकिया सी, ये मंगर आ गए, हुण लंबा सफर करके आए हाँ, ये भुखे ने, ढिड ते हाथ मारदे आ भी कुछ खवाओ। सतवें पातशाह दया दे घर विच आए, कहिंदे बाबा जी की कह है अनाथ? गुरु घर दे सेवकां दे बच्चे कदे अनाथ नहीं हुंदे, ये आए ने संगत विच, ये ता राजे महाराजे बनणगे, आखो सतनाम। वाहिगुरु। ये पहला बार गुरु हर राय साहब जी ने इत्थे दिता सी, कहिंदे ये ता राज करिया करनगे, राज इन्हां दे घोड़े ता जमना तक पानी पिया करनगे, कहिंदे ये वर दिता सतवें पातशाह ने। आ सिद्धू परिवार विच बैठे हो, जड़ लाउण वाले छेवें पातशाह, ते आ जिहड़े नगर वसे राजे महाराजे बने, किथे गुरमुख प्यारियो जींद तक राज कीता, नाभा पटियाला, ये उदू बाद बख्शिशां होईआं। ये भी कह दिया महाराजा रणजीत सिंह ने, देखो सिख राज बाद च कायम किया, ये भी फूलकियां दी वंश विचों ही आया, आखो सतनाम। वाहिगुरु। आ मेरे पिंड नाल ही पिंड है ना मेरा, बालियां वाली, इत्थे किला बनया है, महाराजा गजपत हुंदा सी, महाराजा गजपत इहदी वंश विचों महाराजा रणजीत सिंह होया गुरमुखो, जिन्हें सिख राज कायम किया है। पर यह सारिया बख्शिशा अपने इलाके नूं जिहड़ा माण मिलिया है, ये सतवें पातशाह गुरु हर राय साहब ही दे के गए, आखो सतनाम। श्री वाहिगुरु। उस वेले महाराज ने बचन किया सी, कहिंदे बाबा काला जी तेरा घर सो मेरा घर, मेरा घर सो तेरा घर। कहिंदे तुसीं तां कहिंदे हो ना भी ये अनाथ ने, भुखे ने, पर याद रखियो झूलणगे चंडे फूल की औलाद दे, झूलणगे चंडे फूल की औलाद दे,
ਝੁਲਣਗੇ ਝੰਡੇ ਫੂਲ ਕੀ ਔਲਾਦ ਦੇ 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 ਰੱਖਿਓ ਭਰੋਸਾ ਉੱਤੇ ਸਾਡੇ ਵਰ ਦੇ ਰਹੋ ਸ਼ਰਧਾਲੂ ਬਣ ਗੁਰੂ ਘਰ ਦੇ ਰੱਖਿਓ ਭਰੋਸਾ ਉੱਤੇ ਸਾਡੇ ਵਰ ਦੇ ਰਹੋ ਸ਼ਰਧਾਲੂ ਬਣ ਗੁਰੂ ਘਰ ਦੇ ਚੜਿਓ ਨਾ ਧੱਕੇ ਕਿਸੇ ਨਾ ਮੁਰਾਦ ਦੇ ਝੁਲਣਗੇ ਝੰਡੇ ਫੂਲ ਕੀ ਔਲਾਦ 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 ਦੇ ਕਹਿੰਦੇ ਫੂਲ ਕੀ ਔਲਾਦ ਦੇ ਤਾਂ ਝੰਡੇ ਝੁਲਣਗੇ ਗੁਰਮੁਖ ਪਿਆਰਿਓ ਆਹ ਜਿਹੜੇ ਫਿਰ ਇਲਾਕੇ ਵਸੇ ਨਾਭਾ ਪਟਿਆਲਾ ਜੀਂਦ ਤੱਕ ਕੈਂਥਲ ਤੱਕ ਰਾਜ ਕੀਤਾ ਅਤੇ ਇੱਥੇ ਹੀ ਗੁਰਮੁਖ ਪਿਆਰਿਓ ਵਰ ਦੇ ਕੇ ਗਏ ਮਹਾਰਾਜ ਕਹਿੰਦੇ ਅੱਜ ਭਾਵੇਂ ਉਜਾੜ ਵੀ ਆਵਾਨ ਹੈ ਪਰ ਖਿਆਲ ਰੱਖਿਓ ਸੁੰਦਰ ਅਟਾਰੀਆਂ ਅਨੇਕਾਂ ਪੈਣੀਆਂ ਜਿਨ੍ਹਾਂ ਦੀਆਂ ਚੋਟੀਆਂ ਅਸਮਾਨੀ ਖਹਿਣੀਆਂ ਪਰ ਗੁਰੂ ਘਰ ਦੇ ਸ਼ਰਧਾਲੂ ਬਣ ਕੇ ਰਹਿਣਾ ਆਖੋ ਸਤਨਾਮ ਹੁਣ ਮੈਨੂੰ ਕਹਿਣਾ ਤਾਂ ਨਹੀਂ ਪੈਣਾ ਨਾ ਜਿਹੜੇ ਪਾਸੇ ਦੁਨੀਆਂ ਤੁਰੀ ਹੈ ਆਪਾਂ ਗੁਰੂ ਘਰ ਦਾ ਪੱਲਾ ਛੱਡ ਕੇ ਜਦੋਂ ਹੋਰ ਪਾਸੇ ਜਾਂਦੇ ਹਾਂ ਨਾ ਉਦੋਂ ਸੋਚਿਆ ਕਰੋ ਵੀ ਦਾਤਾਂ ਦੇਣ ਵਾਲਾ ਕੌਣ ਹੈ ਅਤੇ ਪੂਜਦੇ ਅਸੀਂ ਕਿਹਨਾਂ ਨੂੰ ਫਿਰਦੇ ਹਾਂ ਗੁਰੂ ਨੂੰ ਅਕਿਰਤ ਘੜਨਾ ਬਣੀਏ ਬੜੀ ਕਿਰਪਾ ਮਹਾਰਾਜ ਨੇ ਕੀਤੀ ਅਤੇ ਬਾਕੀ ਹੋਰ ਵੀ ਬੇਨਤੀ ਕਰਦਿਆਂ ਸਿੱਧੂਆਂ ਦੇ ਵਿੱਚੋਂ ਆਪਣੇ ਇਸ ਇਲਾਕੇ ਦੇ ਭਾਈ ਭਗਤੂ ਜੀ ਹੋਏ ਨੇ ਜਿਹੜੇ ਇਸ ਇਲਾਕੇ ਦੇ ਮਸੰਦ ਸੀ ਮਸੰਦ ਦਾ ਅਹੁਦਾ ਉਸ ਵੇਲੇ ਬਹੁਤ ਉੱਚਾ ਸੀ ਸਮਝ ਲਓ ਗੁਰੂ ਤੋਂ ਦੂਜੇ ਨੰਬਰ ਦਾ ਅਹੁਦਾ ਸੀ ਜਿਵੇਂ ਹੁਣ ਆਪਾਂ ਸਤਿਕਾਰ ਨਾਲ ਜਥੇਦਾਰ ਜੀ ਕਹਿੰਦੇ ਹਾਂ ਭਾਈ ਭਗਤੂ ਜੀ ਇਸ ਇਲਾਕੇ ਵਿੱਚੋਂ ਰਸਤ ਬਸਤ ਇਕੱਠੀ ਕਰਕੇ ਲਿਜਾਂਦੇ ਹੁੰਦੇ ਅਤੇ ਭਾਈ ਭਗਤੂ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਵੇਲੇ ਗੁਰੂ ਰਾਮਦਾਸ ਸਾਹਿਬ ਵੇਲੇ ਅਤੇ ਛੇਵੇਂ ਪਾਤਸ਼ਾਹ ਵੇਲੇ ਅਤੇ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਜ ਸਾਹਿਬ ਵੇਲੇ ਬਹੁਤ ਸੇਵਾ ਕਮਾਈ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਬੜਾ ਇਲਾਕੇ ਦਾ ਮਾਣ ਵਧਾਇਆ ਗੁਰਮੁਖ ਪਿਆਰਿਓ ਹੁਣ ਗੁਰੂ ਹਰਿਰਾਜ ਸਾਹਿਬ ਸੇਵਕਾਂ ਨੂੰ ਬਖਸ਼ਿਸ਼ਾਂ ਵੀ ਬਹੁਤ ਕੀਤੀਆਂ ਅਤੇ ਇੱਕ ਬੇਨਤੀ ਹੋਰ ਕਰਦਿਆਂ ਗੁਰਬਾਣੀ ਦਾ ਸਤਿਕਾਰ ਜਿਹੜੀ ਮੇਨ ਕਹਿਣੀ ਚਾਹੁੰਦਾ ਇਕੱਲੇ ਤੁਹਾਨੂੰ ਨਹੀਂ ਮੈਂ ਵੀ ਵਿੱਚੋਂ ਹੀ ਹਾਂ ਗੁਰੂ ਮਹਾਰਾਜ ਕਹਿੰਦੇ ਹੁੰਦੇ ਭਾਈ ਬਾਣੀ ਦਾ ਸਤਿਕਾਰ ਕਰਨਾ ਫੌਜ ਵੀ ਰੱਖਣੀ ਕੀਰਤਪੁਰ ਸਾਹਿਬ ਵੱਸਦੇ ਸੀ ਅਤੇ ਗੁਰਮੁਖ ਪਿਆਰਿਓ ਉੱਥੇ ਸ਼ਿਕਾਰ ਖੇਡਣ ਜਾਣਾ ਸ਼ਿਕਾਰ ਖੇਡਣ ਜਾਣਾ ਪਰ ਜੀਵ ਨੂੰ ਮਾਰਦੇ ਨਹੀਂ ਸੀ ਜਿਉਂਦਾ ਫੜ ਕੇ ਲਿਆਉਣਾ ਆਪਣੇ ਬਾਗ ਵਿੱਚ ਉਹਦੀ ਪਾਲਣਾ ਕਰਨੀ 9 ਲੱਖਾਂ ਬਾਗ ਵੱਜਦਾ ਹੁਣ ਵੀ ਬੜਾ ਸੁੰਦਰ ਕਿਤੇ ਜਾ ਕੇ ਦਰਸ਼ਨ ਕਰਿਓ 9 ਲੱਖੇ ਬਾਗ 'ਚ ਉਹਨੂੰ ਰੱਖਣਾ ਗੁਰਮੁਖੋਂ ਬੜੇ ਬੇਲ ਬੂਟੇ ਲਾਉਣੇ ਅਤੇ ਜਦੋਂ ਜੰਗਲਾਂ 'ਚ ਜਾਣਾ ਦੇਸੀ ਦਵਾਈਆਂ ਇਕੱਠੀਆਂ ਕਰ ਕਰ ਲਿਆਉਣੀਆਂ ਕਈ ਵੈਦ ਹਕੀਮ ਰੱਖੇ ਹੁਕਮ ਕਰਤਾ ਵੀ ਗੁਰੂ ਕਾ ਲੰਗਰ ਤਾਂ ਚੱਲਦਾ ਹੀ ਹੈ ਇੱਥੇ ਲੋੜਵੰਦਾਂ ਨੂੰ ਦਵਾਈ ਵੀ ਫਰੀ ਦੇਵਾਂਗੇ ਕਿਉਂਕਿ ਉਸ ਵੇਲੇ ਕਾਲ ਪੈਂਦੇ ਹੁੰਦੇ ਗੁਰਮੁਖੋਂ ਜਿੱਥੇ ਕਿਤੇ ਲੋੜ ਪੈਂਦੀ ਕਈ ਗੁਰੂਆਂ ਨੇ ਖੂਹ ਵੀ ਲਵਾਏ ਤਰਨ ਤਾਰਨ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਨੇ ਵਸਾਇਆ ਇਹ ਬਿਮਾਰੀਆਂ ਫੈਲੀਆਂ ਸੀ ਤਾਂ ਇਹ ਇੱਦਾਂ ਦੇ ਕਾਰਜ ਕੀਤੇ ਸੀ ਹੁਣ ਗੁਰੂ ਹਰਿਰਾਜ ਸਾਹਿਬ ਵੇਲੇ ਵੀ ਕਾਲ ਪਿਆ ਸ਼ਾਹਜਹਾਨ ਨੇ 40,000 ਰੁਪਈਆ ਉਸ ਵੇਲੇ ਭੁੱਖੇ ਮਰਦੇ ਲੋਕਾਂ ਨੂੰ ਵੰਡਿਆ ਹੁਣ 40,000 ਨਾਲ ਕੀ ਆਉਣਾ ਸੀ ਗੁਰਮੁਖੋਂ ਅਤੇ ਗੁਰੂ ਹਰਿਰਾਜ ਸਾਹਿਬ ਜੀ ਨੇ ਵੱਡਿਆਂ ਦੀ ਪਰੰਪਰਾ ਨੂੰ ਵੇਖਦੇ ਹੋਏ ਖੁੱਲ੍ਹੇ ਲੰਗਰ ਚਲਾਏ ਨਾਲੇ ਦਵਾਖਾਨਾ ਖੋਲ੍ਹਿਆ ਚੰਗੇ ਵੈਦ ਹਕੀਮ ਰੱਖੇ ਇੱਥੋਂ ਫਰੀ ਦਵਾਈ ਦਿਆ ਕਰਾਂਗੇ ਅਤੇ ਦਵਾਖਾਨਾ ਐਡਾ ਸੀ ਇੱਕ ਵਾਰੀ ਨਾ ਸ਼ਾਹਜਹਾਨ ਦੇ ਪੁੱਤਰ ਦਾਰਾ ਸ਼ਿਕੋਹ ਨੂੰ ਬਿਮਾਰੀ ਲੱਗ ਗਈ
ਉਹ ਬਿਮਾਰੀ ਵੀ ਪਤਾ ਕੀ ਸੀ। ਔਰੰਗਜ਼ੇਬ ਇਹ ਵੀ ਸ਼ਾਹਜਹਾਨ ਦਾ ਹੀ ਪੁੱਤਰ ਸੀ, ਦਾਰਾ ਸ਼ਕੋਹ ਵੀ ਉਸੇ ਦਾ ਪੁੱਤਰ ਸੀ। ਦਾਰਾ ਸ਼ਕੋਹ ਸ਼ਾਹਜਹਾਨ ਦੇ ਨੇੜੇ ਰਹਿੰਦਾ ਸੀ। ਔਰੰਗਜ਼ੇਬ ਦੇ ਮਨ ਵਿੱਚ ਸ਼ੁਰੂ ਤੋਂ ਹੀ ਬੇਈਮਾਨੀ ਸੀ, ਕਹਿੰਦਾ ਵੀ ਇਹ ਨੇੜੇ ਰਹਿੰਦਾ, ਮੈਂ ਕਿਵੇਂ ਨਾ ਕਿਵੇਂ ਇਹਨੂੰ ਮਰਵਾਵਾਂ, ਫਿਰ ਮੈਂ ਨੇੜੇ ਹੋਊਂਗਾ। ਉਹਨੇ ਕੀ ਕੀਤਾ, ਲੰਗਰੀ ਨੂੰ ਲਾਲਚ ਦੇ ਕੇ ਨਾ, ਕਹਿੰਦੇ ਸ਼ੇਰ ਦੀ ਮੁੱਛ ਦੇ ਵਾਲ, ਸ਼ੇਰ ਦੀ ਮੁੱਛ ਦੇ ਵਾਲ ਦਾਰਾ ਸ਼ਕੋਹ ਨੂੰ ਖਾਣੇ ਦੇ ਰਾਹੀਂ ਖਵਾਤੇ। ਆਖੋ ਸਤਨਾਮ, ਵਾਹਿਗੁਰੂ। ਪੇਟ ਹੋ ਗਿਆ ਖਰਾਬ। ਦੇਖੋ ਸ਼ਾਹਜਹਾਨ ਬਾਦਸ਼ਾਹ ਸੀ, ਉਹਨੇ ਬੜੇ ਮਹਿੰਗੇ ਮਹਿੰਗੇ ਇਲਾਜ ਕਰਾਏ ਪਰ ਠੀਕ ਨਾ ਹੋਇਆ ਦਾਰਾ ਸ਼ਕੋਹ। ਫਿਰ ਇੱਕ ਹਕੀਮ ਨੇ ਦੱਸਿਆ, ਕਹਿੰਦਾ ਗੁਰੂ ਹਰਿਰਾਏ ਸਾਹਿਬ ਜੀ ਦੇ ਦਵਾਖਾਨੇ 'ਚੋਂ ਮਿਲੂਗੀ ਦਵਾ, 3-3.5 ਤੋਲੇ ਦੀ ਹਰੜ। 4 ਤਰ੍ਹਾਂ ਦੀਆਂ ਹਰੜਾਂ ਹੁੰਦੀਆਂ। ਕਹਿੰਦਾ ਹਰੜ ਆਹ ਚਾਹੀਦੀ ਹੈ, ਕੁਛ ਲੌਂਗ ਸੀ ਜਿਹੜੇ ਸਪੈਸ਼ਲ। ਬਾਦਸ਼ਾਹ ਨੇ ਬੜੀ ਭਾਲ ਕੀਤੀ ਕਿਤੋਂ ਨਾ ਮਿਲੇ, ਇਹ ਕਿੱਥੋਂ ਮਿਲੂ। ਫਿਰ ਵੈਦ ਕਹਿੰਦੇ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨੀ ਜਾਓ, ਉੱਥੋਂ ਇਹ ਹਰੜ ਮਿਲਣੀ ਆ ਨਾਲੇ ਲੌਂਗ। ਸ਼ਾਹਜਹਾਨ ਕਹਿੰਦਾ ਇਹ ਤਾਂ ਔਖਾ ਕੰਮ ਹੈ। ਕਹਿੰਦਾ ਵੀ ਹਰਿਰਾਏ ਸਾਹਿਬ ਜੀ ਦੇ ਦਾਦਾ ਜੀ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਦੇ ਉੱਤੇ ਮੇਰੇ ਹੁਕਮ ਨਾਲ ਫੌਜ ਗਈ, 4 ਅਸੀਂ ਜੰਗ ਕੀਤੇ ਹੈ, 4 ਵਾਰੀ ਮੈਂ ਉਹਨਾਂ ਨੂੰ ਮਾਰਨ ਵਾਸਤੇ ਫੌਜ ਲੈ ਕੇ ਗਿਆ, ਅਤੇ ਹੁਣ ਮੈਂ ਕਿਹੜੇ ਮੂੰਹ ਨਾਲ ਜਾਵਾਂ ਉਹਨਾਂ ਤੋਂ ਦਵਾਈ ਮੰਗਣ। ਸ਼ਰਮ ਮੰਨਦਾ ਸੀ, ਪਰ ਮੁਸਲਮਾਨ ਫਕੀਰ ਸੀ ਇੱਕ, ਉਹ ਕਹਿੰਦਾ ਗੁਰੂ ਨਾਨਕ ਦਾ ਘਰ ਹੈ, ਇੱਥੇ ਜਿਹੜਾ ਵੀ ਆ ਜੇ ਖਾਲੀ ਨਹੀਂ ਜਾਂਦਾ। ਆਖੋ ਸਤਨਾਮ, ਵਾਹਿਗੁਰੂ। ਅੱਗੇ ਨਾ ਗੁਰਮੁਖੋ, ਕਈ ਸਾਧੂ ਮਹਾਤਮਾ ਮੰਗਲਾ ਚਰਨ ਪੜ੍ਹਦੇ ਹੁੰਦੇ, ਇੱਕ ਅਦੁੱਤੀ ਗੁਰੂ ਨਾਨਕ ਦੇਵਾ, ਓਅੰਕਾਰ ਗੁਰੂ ਅੰਗਦ ਅਪੇਵਾ, ਸਤਨਾਮ ਗੁਰ ਅਮਰ ਪਿਆਰੇ, ਕਰਤਾ ਰਾਮਦਾਸ ਨਿਰਵਾਰੇ, ਪੁਰਖ ਸ੍ਰੀ ਅਰਜਨ ਸੁਖਦਾਨੀ, ਨਿਰਭਉ ਹਰ ਗੋਬਿੰਦ ਗੁਣਖਾਨੀ। ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ, ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ, ਅਕਾਲ ਮੂਰਤ ਹਰ ਕ੍ਰਿਸ਼ਨ ਤੇ ਆਏ, ਅਜੂਨੀ ਤੇਗ ਬਹਾਦਰ ਰਾਏ, ਸਹਿ ਭੰਗ ਸ੍ਰੀ ਦਸਮੇਸ਼ ਸਹਾਏ, ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ, ਵਾਹਿਗੁਰੂ ਬੰਧਨ ਭਗਵਾਨਾ। ਨਾਲੇ ਤਾਂ ਮੂਲ ਮੰਤਰ ਪੜ੍ਹਿਆ ਜਾਂਦਾ ਸੀ, ਨਾਲੇ ਸਾਰੇ ਗੁਰੂਆਂ ਦੇ ਗੁਣ ਦੱਸੇ। ਇਹ 'ਚ ਬਚਨ ਕੀ ਆਇਆ, ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ। ਉਹ ਫਕੀਰ ਕਹਿੰਦਾ ਹੈ, ਕਹਿੰਦਾ ਸ਼ਾਹਜਹਾਨ ਵੈਰ ਭਾਵਨਾ ਹੋਊ ਤੇਰੇ ਮਨ ਵਿੱਚ, ਪਰ ਬੱਚੇ ਵਾਸਤੇ ਦਵਾਈ ਚਾਹੀਦੀ ਹੈ ਤਾਂ ਹਰਿਰਾਏ ਸਾਹਿਬ ਜੀ ਦੇ ਦਵਾਖਾਨੇ 'ਚੋਂ ਮਿਲੂ ਜਾਓ। ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ। ਫਿਰ ਉਹਦੇ ਭੇਜੇ ਹੋਏ ਆਏ ਕੁਛ ਆਦਮੀ, ਆ ਕੇ ਜਦੋਂ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਨੂੰ ਕੀਤੀ ਬੇਨਤੀ, ਗੁਰੂ ਹਰਿਰਾਏ ਸਾਹਿਬ ਨੇ ਇਹ ਨਹੀਂ ਦੇਖਿਆ ਵੀ ਇਹਨਾਂ ਨੇ ਹੁਣ ਤੱਕ ਸਾਡੇ ਨਾਲ ਦੁਸ਼ਮਣੀ ਰੱਖੀ ਜਾਂ 4 ਵਾਰੀ ਸਾਡੇ 'ਤੇ ਫੌਜਾਂ ਭੇਜੀਆਂ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਇਹ ਗੁਰੂ ਨਾਨਕ ਦਾ ਘਰ ਹੈ, ਲੈ ਜਾਓ। ਦੇਖੋ ਜਿਹੜੀ ਬਾਦਸ਼ਾਹ ਨੂੰ ਕਿਤੋਂ ਵੀ ਦਵਾਈ ਨਾ ਲੱਭੀ, ਉਹ ਗੁਰੂ ਹਰਿਰਾਏ ਸਾਹਿਬ ਜੀ ਦੇ ਦਵਾਖਾਨੇ 'ਚੋਂ ਮਿਲੀ। ਆਖੋ ਸਤਨਾਮ, ਸ੍ਰੀ ਵਾਹਿਗੁਰੂ। ਫਿਰ ਹਿਸਾਬ ਲਾ ਲਿਓ ਵੀ ਕਿੱਡਾ ਵੱਡਾ ਦਵਾਖਾਨਾ ਹੋਣਾ, ਕਿੰਨੇ ਕੁ ਵੈਦ ਹੋਣਗੇ, ਐ ਦੁਨੀਆ ਦਾ ਭਲਾ ਕਰਦੇ ਸੀ। ਦਾਰਾ ਸ਼ਕੋਹ ਹੋ ਗਿਆ ਠੀਕ, ਹੁਣ ਇਸ ਗੱਲ ਦਾ ਔਰੰਗਜ਼ੇਬ ਨੂੰ ਪਤਾ ਸੀ, ਅਤੇ ਜਦੋਂ ਸ਼ਾਹਜਹਾਨ ਹੋਇਆ ਬਜ਼ੁਰਗ, ਔਰੰਗਜ਼ੇਬ ਨੇ ਆਪਣੇ ਪਿਓ ਨੂੰ ਕੈਦ ਕਰ ਲਿਆ। ਗੁਰਮੁਖ ਦੋ ਭਰਾ, ਵਾਹਿਗੁਰੂ 3 ਭਰਾ ਅਤੇ 2 ਪੁੱਤ ਵੀ ਮਰਵਾਏ ਸੀ ਔਰੰਗਜ਼ੇਬ ਨੇ, ਇਹ ਯਾਦ ਰੱਖਿਓ। ਇੱਕ ਪੁੱਤ ਰੱਖਿਆ ਸੀ ਜਿਹੜਾ ਗੁਰਮੁਖ ਪਿਆਰਿਓ ਗੁਰੂ ਨਾਨਕ ਦੇ ਘਰ ਨਾਲ ਨੇੜਤਾ ਰੱਖਦਾ ਰਿਹਾ, ਬਹਾਦਰ ਸ਼ਾਹ ਜੀ ਨੂੰ ਕਹਿੰਦੇ ਹੋ ਨਾ, ਇਹ ਇਕੱਲਾ ਰੱਖਿਆ ਸੀ। 3 ਭਰਾ 2 ਪੁੱਤ ਮਰਵਾ ਕੇ ਆਪਣੇ ਬਾਪ ਸ਼ਾਹਜਹਾਨ ਨੂੰ ਭੁੱਖਾ ਧਿਆਇਆ, ਕੈਦ 'ਚ ਮਾਰ ਕੇ ਔਰੰਗਜ਼ੇਬ ਰਾਜਾ ਬਣ ਗਿਆ।
ते उन्हें इस गल का बदला लेना चाहिया गुरु हर राय साहब तो भी जे ये दवाई ना देंदे दारा शिको ने मर जाना सी। दारा शिको ने औरंगजेब का विरोध भी किया सी, कहना भी गुरु हर राय साहब जी नूं इत्थे बुलाओ दिल्ली। इन्हें फिर लाहौर के हाकम नूं कहा भी गुरु हर राय जी नूं लैके आ। जदों चिट्ठी आई गुरु हर राय साहब कोले, गुरु हर राय साहब कहिंदे ना तां असीं बादशाह दी जमीन दबी है, ना असीं उह तों कुछ लैणा है, ते जेड़ा अपने बाप दा भरावां दा ते अपने पुत्तां दा नहीं बनिया ओहे जिहनूं मिल के असीं लैणा वी की आ। आखो सतनाम श्री वाहिगुरु। कहिंदे असीं नहीं मिलना, असीं तां मलेश दे मत्थे नहीं लगना। जवाब देता फिर औरंगजेब ने गुरमुखो, तीन वारी फौज भी भेजी सी, तीन वारी फौज भेजी सी, पर हुण समा अपने कोले थोड़ा है। तिने वारी फौज नूं राह चों ही मुड़ना पिया। एक बारी तां बिमारी फैल गई सी हैजे दी फौज च, राह चों मुड़ी। एक जिहड़ा फौज दा मुखी सी उहनूं दुश्मनां ने सुत्ते पए नूं मारता, ते इक आउंदा आउंदा बिमार होके ही मर गया। आखो सतनाम वाहिगुरु। औरंगजेब समझ गया भी इहनां नूं मैं किसे तरह करके इत्थे तां नहीं लिया सकदा, पर फिर उन्हें गुरमुख प्यारियों अपने बंदे भेजे भी मैं मिलना जरूर है। तो संगत ने फिर कहा सी महाराज सतवें पातशाह नूं कि जी जे तुसी ना गए बादशाह सोचूगा भी गुरु डरदा नहीं आउंदा। संगत चाहुंदी है भी मिलना तो जरूर चाहिए। महाराज कहिंदे जे संगत चाहुंदी है तो फिर असी मन लैने आ, पर असी परण कीता भी मलेश दे मत्थे नहीं लगना, असी अपने पुत्तर नूं भेज दिंदे आ। गुरु हर राय साहब जी दे दोस पुत्तर वड्डा सी राम राय, उस वेले उम्र सी 11 साल गुरमुख, ते उदों छोटे ने श्री गुरु हरकृष्ण जी महाराज जिन्हां दी उम्र 5 साल सी उस वेले। हर राय साहब जी कहिंदे आपां राम राय नूं भेज दिंदे आ। उहनूं बुलाया भी राम राय साडा हुक्म है तुसीं औरंगजेब बादशाह नूं मिलने जाणा दिल्ली, जो सवाल पुछणगे उहनां दे उत्तर देने है। ते जिहड़ा गुरमुख प्यारे राम राय सी इह कहिंदा ठीक है पिता जी मैं चलिया तां जाणा, पर मैनूं की पता भी उत्थे की बोलणा है। गुरु हर राय साहब कहिंदे साडा वचन है जो भी कुछ बादशाह पुछे तुसी गुरु नानक नूं याद करके मूहों कह दिओ, जो कहोगे वह सच हो जू। आखो सतना वाहिगुरु। कुछ भी आवे जवान ते बोल दिओ। कहिंदे देखो ये बख्शिश कीती सी। असल विच गुरमुखो जेड़ी गल बख्शिश नाल असीस नाल बनदी है ना उहदे तां क्या कहणे। हुण सतवें पातशाह ने वचन करता, राम राय कहिंदा ठीक है जी फिर मैं चले आ जाना। महाराज कहिंदे तीन गल्लां याद रखी, एक तां अकाल तख्त साहिब नूं पिठ नहीं देनी, इधर पिठ नहीं करनी। कहिंदे उदों बन चुका सी श्री अकाल तख्त साहिब। एक गुरु नानक तो लैके हुण तक जिन्ने गुरु होए ने गुरुआं दे बचना दा निरादर नहीं करना, बाणी दा सत्कार रखना। तीजी गल, बिना वजह तो औरंगजेब नूं करामात नहीं दिखाउणी। बचन तुहाडे सच होणगे। राम राय कहिंदा ठीक है जी हुण तुरता पिया, पर जांदे जांदे दे मन विच ख्याल आ गया। कहिंदा पिता जी ने कहता दिता भी जो कहोगे हो जूगा, भला वेख तां लवां हुंदा कि नहीं। रस्ते में जांदा जांदा कहिंदा है धन गुरु नानक, इदां कह के ना कहिंदा मैनूं पालकी चाहीदी है। कहिंदे फट पालकी हाजिर होगी, फट पालकी। ये कहिंदा भी बाकी मेरे बचना च सिधी आ गई। फिर गुरु नानक नूं याद करके कहिंदा पालकी बिना कुहारा तो चले, आप विच बह गया
ਕਹਿੰਦੇ ਪਾਲਕੀ ਬਿਨਾਂ ਬੰਦਿਆਂ ਤੋਂ ਤੁਰ ਪਈ ਸੀ। ਆਖੋ ਸਤਨਾਮ ਵਾਹਿਗੁਰੂ। ਹੁਣ ਮਹਾਰਾਜ ਕਹਿੰਦੇ ਸੀ ਕਰਾਮਾਤ ਨਹੀਂ ਦਿਖਾਉਣੀ, ਇਹ ਜਾਂਦਾ ਹੀ ਕਰਾਮਾਤਾਂ ਕਰਨ ਲੱਗ ਗਿਆ। ਜਦੋਂ ਹੋਇਆ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ 'ਚ ਪੇਸ਼, ਇਹਦਾ ਨੂਰਾਨੀ ਚਿਹਰਾ ਵੇਖ ਕੇ, ਬਿਨਾਂ ਕੁਹਾਰਾਂ ਤੋਂ ਪਾਲਕੀ ਆਉਂਦੀ ਵੇਖ ਕੇ ਔਰੰਗਜ਼ੇਬ ਬੜਾ ਪ੍ਰਭਾਵਿਤ ਹੋਇਆ। ਗੁਰੂ ਕਾ ਸਪੁੱਤਰ ਜਾਣ ਕੇ ਉਹਨੇ ਇਹਦਾ ਕੀਤਾ ਸਤਿਕਾਰ, ਬਿਠਾ ਲਿਆ ਗੁਰਮੁਖੋ ਵਜ਼ੀਰਾਂ 'ਚ ਬਰਾਬਰ। ਫਿਰ ਕਹਿੰਦਾ ਜੀ ਮੈਂ ਦੇਖਣਾ ਚਾਹੁੰਦਾ ਗੁਰੂ ਨਾਨਕ ਦੀ ਗੱਦੀ 'ਚ ਪਾਵਰ ਕਿੰਨੀ ਕੁ ਹੈ। ਅਸਲ ਵਿੱਚ ਔਰੰਗਜ਼ੇਬ ਦੀ ਨੀਤੀ ਗਲਤ ਸੀ। ਇਹਨੇ ਕੀ ਕੀਤਾ, ਪਹਿਲਾਂ ਪਰਖਿਆ, ਕਹਿੰਦਾ ਜੀ ਸੁਣਿਆ ਗੁਰੂ ਘਰ ਵਿੱਚ ਤਾਕਤ ਬਹੁਤ ਹੈ, ਅਸੀਂ ਕੋਈ ਸਵਾਲ ਪੁੱਛਣੇ ਚਾਹੁੰਦੇ ਹਾਂ। ਇਤਿਹਾਸ ਵਿੱਚ ਦੱਸਿਆ ਕਹਿੰਦੇ 72 ਕਰਾਮਾਤਾਂ ਦਿਖਾਈਆਂ। ਹੁਣ ਆਪਣੇ ਕੋਲ ਇੰਨਾ ਸਮਾਂ ਨਹੀਂ ਜੋ ਮੈਂ ਵਿਚਾਰ ਕਰ ਸਕਾਂ। ਖਾਧਾ ਹੋਇਆ ਬੱਕਰਾ ਵੀ ਕਹਿੰਦੇ ਜਿਉਂਦਾ ਕਰਕੇ ਦੁਬਾਰੇ ਤੋਰਤਾ ਸੀ। ਗੁਰਮੁਖ ਪਿਆਰਿਓ, ਔਰੰਗਜ਼ੇਬ ਨੇ ਪੁੱਛੀ ਖਜ਼ਾਨੇ ਦੀ ਗਿਣਤੀ, ਰਾਮ ਰਾਏ ਨੇ ਉੱਥੇ ਬੈਠੇ ਬੈਠੇ ਦੱਸਤਾ ਵੀ ਇੰਨਾ ਕੁਛ ਆ ਹੈ, ਇੰਨਾ ਆ ਹੈ। ਜਦੋਂ ਵਜ਼ੀਰਾਂ ਨੇ ਜਾ ਕੇ ਮਿਲਾਇਆ ਓਨਾ ਹੀ ਸਮਾਨ ਸੀ। ਔਰੰਗਜ਼ੇਬ ਦੀ ਬੇਗਮ ਕੋਲੇ ਬੱਚਾ ਹੋਣ ਵਾਲਾ ਸੀ, ਬੱਚੇ ਦਾ ਜਨਮ ਨਹੀਂ ਸੀ ਹੋ ਰਿਹਾ। ਜਨਨ ਪੀੜਾ ਦਰਦ ਹੋ ਹੀ ਜਾਵੇ। ਔਰੰਗਜ਼ੇਬ ਕਹਿੰਦਾ ਰਾਮ ਰਾਏ ਜੀ ਇੱਥੇ ਕੁਛ ਕਰ ਸਕਦੇ ਹੋ? ਕਹਿੰਦਾ ਹਾਂ, ਲਿਆਓ ਜਲ। ਥੋੜ੍ਹਾ ਜਿਹਾ ਲਿਆ ਜਲ, ਜਪਜੀ ਸਾਹਿਬ ਦਾ ਪਾਠ ਕਰਕੇ ਰਾਮ ਰਾਏ ਨੇ ਔਰੰਗਜ਼ੇਬ ਦੀ ਬੇਗਮ ਨੂੰ ਦਿੱਤਾ, ਨਾਲ ਦੀ ਨਾਲ ਬੱਚੇ ਦਾ ਜਨਮ ਹੋ ਗਿਆ। ਆਖੋ ਸਤਨਾਮ ਵਾਹਿਗੁਰੂ। ਉਹੀ ਸੀ ਬਹਾਦਰ ਸ਼ਾਹ ਜੀ ਦੀ ਗੁਰੂ ਘਰ ਨਾਲ ਨੇੜਤਾ ਬਣੀ ਰਹੀ। ਜਦੋਂ ਇਹੋ ਜਿਹੀਆਂ ਕਰਾਮਾਤਾਂ ਦੇਖੀਆਂ, ਉੱਥੇ ਫਿਰ ਔਰੰਗਜ਼ੇਬ ਨੇ ਵਿਉਂਤ ਬਣਾ ਲਈ ਕਿ ਜੇ ਇਹਨਾਂ ਦੀ ਤਾਕਤ ਅਈ ਰਹਿ ਗਈ, ਕੱਲ੍ਹ ਨੂੰ ਇਹ ਮੇਰੇ ਵਿਰੋਧੀ ਹੋਣਗੇ, ਕਿਵੇਂ ਨਾ ਕਿਵੇਂ ਕਰਕੇ ਮੈਂ ਇਹਨਾਂ ਨੂੰ ਡੇਗਾਂ। ਫਿਰ ਕਾਜੀ ਮੁਲਾਣਿਆਂ ਨਾਲ ਸਲਾਹ ਕੀਤੀ, ਉਹਨਾਂ ਨੇ ਕਾਜ਼ੀਆਂ ਨੇ ਚੱਕ ਦਿੱਤੀ ਵੀ ਕਿਵੇਂ ਨਾ ਕਿਵੇਂ ਇਹ ਤੋਂ ਵੱਡਿਆਂ ਦਾ ਨਿਰਾਦਰ ਕਰਵਾ ਦੇ। ਫਿਰ ਉੱਥੇ ਪਿਆਰਿਓ ਸਭਾ ਲੱਗੀ ਹੋਈ। ਔਰੰਗਜ਼ੇਬ ਨੇ ਤਰ੍ਹਾਂ ਤਰ੍ਹਾਂ ਦੇ ਵਸਤਰ ਭੇਟਾ ਕੀਤੇ, ਸੋਨੇ ਦੇ ਕੰਗਣ ਪਾਤੇ, ਸਿਉਨੇ ਦੀਆਂ ਮੋਹਰਾਂ ਕੀਤੀਆਂ ਭੇਟਾ। ਪਹਿਲਾਂ ਔਰੰਗਜ਼ੇਬ ਨੇ ਰਾਮ ਰਾਏ ਨੂੰ ਖੁਸ਼ ਕੀਤਾ, ਆਪਣੇ ਐਨ ਬਰਾਬਰ ਢਹਾ ਲਈ ਕੁਰਸੀ, ਅਤੇ ਰਾਮ ਰਾਏ ਨਾ ਹਉਮੈ 'ਚ ਆ ਗਿਆ। ਜਿਵੇਂ ਅੱਜ ਕੱਲ੍ਹ ਵੀ ਚਾਰ ਕੁ ਬੰਦੇ ਮੇਰੇ ਵਰਗੇ ਦੀ ਗੱਲ ਸੁਣਨ ਲੱਗ ਜਾਣ, ਕਈ ਫਿਰ ਰੱਬ 'ਤੇ ਵੀ ਸ਼ੰਕੇ ਕਰਦੇ ਆ। ਆਹ ਹੁੰਦਾ ਹੀ ਆ, ਕਿੰਨਾ ਕੁਛ ਬਸ ਨਿੰਦਿਆ 'ਤੇ ਹੀ ਜ਼ੋਰ ਹੈ ਗੁਰਮੁਖੋ ਸਾਡਾ। ਆ ਜਿਹੜਾ ਵਿਰੋਧ ਹੁੰਦਾ ਨਾ ਇੱਕ ਦੂਜੇ ਦਾ, ਇਹਦਾ ਕਾਰਨ ਇਹੀ ਹੈ, ਅਸੀਂ ਦੂਜੇ ਨੂੰ ਨੀਵਾਂ ਦਿਖਾ ਕੇ ਆਪ ਉੱਚਾ ਹੋਣਾ ਚਾਹੁੰਦੇ ਹਾਂ, ਪਰ ਇਹ ਨਹੀਂ ਗੁਰਮੁਖੋ ਗੱਲ ਬਣਨੀ। ਭੁੱਲ ਗਿਆ ਰਾਮ ਰਾਏ, ਇਹ ਕਹਿੰਦਾ ਕਿਵੇਂ ਨਾ ਕਿਵੇਂ ਬਾਦਸ਼ਾਹ ਨੂੰ ਖੁਸ਼ ਰੱਖਾਂ, ਅਤੇ ਅੱਜ ਬਾਦਸ਼ਾਹ ਨੇ ਕੀ ਕੀਤਾ ਲਓ। ਹਾਂਜੀ ਰਾਮ ਰਾਏ ਨੂੰ ਬਾਦਸ਼ਾਹ ਹਾਂਜੀ ਰਾਮ ਰਾਏ ਨੂੰ ਬਾਦਸ਼ਾਹ ਸਦਕੇ ਵਿੱਚ ਦਰਬਾਰ ਕਹਿੰਦਾ ਲਿਖਿਆ ਗੁਰੂ ਗ੍ਰੰਥ ਵਿੱਚ ਕਹਿੰਦਾ ਲਿਖਿਆ ਗੁਰੂ ਗ੍ਰੰਥ ਵਿੱਚ ਗੁਰੂ ਨਾਨਕ ਗਏ ਉਚਾਰ ਸੁਣਿਆ ਮਿੱਟੀ ਮੁਸਲਮਾਨ ਕੀ ਸੁਣਿਆ ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ ਘੜ ਪਾਂਡੇ ਇੱਟਾਂ ਕੀਆਂ ਹਾਂਜੀ ਘੜ ਪਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਕਰਿਓ ਅਰਥ ਇਸ ਦੇ ਸਭਾ ਵਿੱਚ ਕਰਿਓ ਅਰਥ ਇਸ ਦੇ ਸਭਾ ਵਿੱਚ ਤੁਸੀਂ ਦੱਸੋ ਸੋਚ ਵਿਚਾਰ ਉੱਥੇ ਸੋਚੀ ਪੈ ਗਿਆ ਰਾਮ ਰਾਏ ਸ
संगत जी सोची पै गया राम राय रंग हो गया वांग बसार कहंदे डोल गया ओ धर्म तो संगत जी डोल गया ओ धर्म तो हां डिगया मूं दे पार संगते डिगया मूं दे पार सभा दे विच औरंगजेब कहंदा है कहंदा सुने है भी गुरु नानक साहब लिख के गए ने मिट्टी मुसलमान की पेड़ा पई कुमियार घड़ भांडे इट्टां कियां जल्दी करे पुकार कहंदा मैं इहदे अर्थ सुनने चाहुंना इत्थे सभा च दसो हुण जे तां उत्थे कह दिंदा ना सच्ची गल फिर शायद गल होर बनदी पर इत्थे सोची पै गया कहंदा जे मैं सच कहता औरंगजेब गुस्से होऊगा पता है थानू ये पंक्ति दे अर्थ की ने मुसलमान फकीर दे नाल एक बार गुरु नानक दी विचार चलदी सी महाराज ने पुछया भाई जदों कोई मुसलमान मरदा है तुसीं उहनूं कबर पट के दबदे हो संस्कार क्यों नहीं करदे ता मुसलमाना दा ये मनना है जेड़ा बाणी दा अर्थ बनदा असली ओ कहिंदे ने कहिंदे जी साडे बड़े वडेरे कह के गए ने भी कोई दिन आऊगा इंसाफ दा जिन्ने मुरदे कबरां च पए ने ये सारे उठ के परमात्मा कोलों अपनियां भुल्लां बख्शाउणगे ओ ये मनदे ने मुसलमान उहनूं गुरु नानक जी ने ये उत्तर दिता सी ਤਾਂ ਇਹ ਪੰਕਤੀ ਦਾ ਅਰਥ ਸਹੀ ਬਣਨਾ ਹੈ ਮਹਾਰਾਜ ਕਹਿੰਦੇ ਤੁਹਾਡੀ ਵਿਚਾਰ ਗਲਤ ਹੈ ਮਿੱਟੀ ਮੁਸਲਮਾਨ ਕੀ ਪੇੜਾ ਪਈ ਕੁਮਿਆਰ ਕਹਿੰਦੇ ਕਬਰਾਂ ਦੀ ਮਿੱਟੀ ਹੁੰਦੀ ਆ ਚੀਕਣੀ ਲਿਆ ਕੇ ਪਰਜਾਪਤ ਵੀਰ ਬਣਾਉਂਦੇ ਆ ਘੜੇ ਤੇ ਜੇ ਮੁਰਦਿਆਂ 'ਚ ਹਿੰਮਤ ਹੋਵੇ ਫਿਰ ਉੱਥੇ ਕਿਉਂ ਨਾ ਰੌਲਾ ਪਾਉਣ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਤਲਬ ਇਹ ਹੈ ਇਹਦਾ महाराज ने इनकार किया उस गल नू भी ये नहीं हो सकता कबरां चो मुरदे उठ खड़न मिट्टी मुसलमान की पेड़ा पई कुमियार घड़ भांडे इट्टां कियां जल्दी करे पुकार भी जदों ओ मिट्टी दे भांडे बन के अग च सड़दे ने जे इत्थे कुछ होवे फिर ओ उदों बोले ना रौला पावे हुण जे ये अर्थ दसदा ते शायद गल होर बनदी पर राम राय पता है सोची पै गया कहिंदा जे मैं सही अर्थ दसते किते बादशाह नाराज ही ना हो जाए जेड़ा माण अदब सत्कार हुंदा ए रह जूगा उत्थे गुरु नानक नूं तां झूठा पाता आप सच्चा बन गया कहिंदा जी मिट्टी मुसलमान की नी लिखवारियां तो गलती हो गई कहिंदा महाराज ने तां मिट्टी बेईमान की आख्या सी आ एक शब्द बदलिया सी मैं भी विचों ही आ इत्थे बेनती करनी चाहुंना जिन्हें आपां गुरु घर दे सेवक हां सोच समझ के चलिया करो एक शब्द बदलन दा राम राय दा नतीजा की होया है वो सुन लिओ अगे ते आपां जिहड़ियां गलतियां करदे हां अपना की बनू सोचना है ये वो घर है जे गलती कीती तां महाराज ने अपने पुत भी नहीं बख्शे वो घर है जिथे सच्चा न्याय हुंदा है कोई रिश्वत नहीं चलती गुरमुखो जदों ये गल कही ना कि जी लिखारियां तो गलती होगी फिर दिल्ली दी संगत ने सुनिया ते बड़ा दुख लग्या औरंगजेब तो हो गया खुश पर संगत ने एक फिर पत्रका भेजी गुरु हर राय साहब जी तुसी तां कहिंदे सी जिहड़ा सिख बाणी दा अदब नहीं करदा वह साडा कुछ नहीं लगदा ते थोड़े पुत्र ने उही गलती करती आखो सतनाम श्री वाहिगुरू कहंदे थोड़े पुत्र ने गलती करती महाराज कहंदे की फिर संगत ने सारी गल दसी कहंदे जी इहने इह कहा भी लिखारियां तो गलत लिखिया गया गुरु नानक ने तो मिट्टी बेईमान की लिखिया धन गुरु हर राय साहब आसन तो उठ के खड़े हो गए कहंदे जहांगीर भी यही कहिंदा सी गुरु अर्जन देव नूं के ग्रंथ च लिख दो इस्लाम धर्म वड्डा है
पर उन्होंने शहीदी तो देती, वड्डे गुरुआं दे बचन नहीं सी बदले। पर राम राय तैनू गुरु नानक दे घर तो बख्शिश दे के भेजिया सी, पर तैं अज बड़ी वड्डी गलती कीती। साध संगत जी, फिर महाराज आसन तो उठे, उठ के फिर कहिंदे संगते कह दो राम राय नू के आके साडे मत्थे ना लगे आखो सतना। चिट्ठी पढ़ के बोले सतगुर सत में पातशाह, चिट्ठी पढ़ के बोले सतगुर सत में पातशाह, पुत्र राम राय ने डाडा कर कमाया, पुत्र राम राय ने डाडा कर कमाया, पानी तुर दरगाह तो भेजी पुरख अकाल ने, ए बाणी तुर दरगाह हो भेजी पुरख अकाल ने, इसने मन मर्जी नाल शब्द किवें बदलाया, इसने मन मर्जी नाल शब्द किवें बदलाया, कहंदे इने मन मर्जी नाल शब्द बदलिया, संगते ये साडा कुछ नहीं लगता, अज तो असी पिता ते गुरु नहीं लगते उस दे, अज तो असी पिता ते गुरु नहीं लगते उस दे, अज तो समझ ले ओ हुण ओ नहीं साडा जाया, अज तो समझ ले ओ हुण ओ नहीं साडा जाया, अज तो बाद कदे भी साडे मत्थे लगे ना, अज तो बाद कदे भी साडे मत्थे लगे ना, सारी संगत दे विच सतगुर ने फरमाया, सारी संगत दे विच सतगुर ने फरमाया, कहंदे जाओ उहनू कह दो साढ़े मत्थे ना लगे, अज तो ना असी ओदे पिता ना असी ओदे गुरु, आखो सतना श्री वाहिगुरु। देखो प्यारियो शांति दे सोमे, पर ए बचन कहने पै गए क्योंकि राम राय गुरबाणी दा सतकार भुल गया, आखो सतना श्री वाहिगुरु। महाराज कहंदे ना अज तो असी ओदे पिता ना असी ओदे गुरु, ते अज तो बाद जेड़ी साड़ी जोत है ये अठवें पातशाह सतगुरु हरकृष्ण महाराज विच जगनी है, आखो सतना श्री वाहिगुरु। उदू बाद प्यारियो फिर राम राय नू मत्थे नहीं लाया, देहरादून जाके रहन लग गया, भावें के गुरमुख प्यारियो चलो जेड़ी थोड़ी बहुती शक्ति सीगी उदे नाल करामातां दिखाईयां दुनिया नू अपने नाल जोड़दा रहा, पर ओ सतकार नहीं होया जेड़ा श्री गुरु हरकृष्ण महाराज दा, आखो सतना श्री वाहिगुरु। ए है गुरु घर दा असूल, लो समा इजाजत नहीं दिंदा, मैं आप जी तो होईयां भुल्लां चुक्कां दी खिमा मंगदा, ये जेड़ा इतिहास गुरु हर राय साहब जी दा आपां विचारिया है ये तां सांझा कीता क्योंकि गुरुद्वारा साहब सतवें पातशाह दी याद च बने, तुसीं आउंदे हो शरदा नाल आयो, पर आ याद रखियो कोई ऐसी भुल ना कर लियो किते महाराज तो सानू फिटकार पै जे गुरु, इत्थे तां नानक नीवा जो चलै लगै ना तत्ती वार, निम्रता नाल आओ गुरुआं दा सतकार करो, शरदा नाल बाणी पढ़ो, कोई भी ऐसा काम ना करो जिथे साडे गुरु दा निरादर हो। सो आओ इन्हीं की बेनती प्रवान कर लियो, सारी संगत दा धन्नवाद।